شکر چہن یار برن جات ہر پات نہن جہے روپ رنگ یار ریک پیک کو کہہ نہ سکت کہے اچل مورت ان پو پرکاش امتو یک کوٹ اندر اندران ساہے ساہان گن جے تیر پون مہی پسر نر اسر نیت نیت بن کرن کہت پہ سرو نام کسے کبن کرم نام برنت سمت سچ کرپان کھنڈو کھڑگ تبک چبر ارتی سیف سروہی سہسی یہ ہمارا پیر تیر تھی سچی تھی تھی تبر تروار نام تہارو جو جپے کال تھی کالی تھی تھی تیری ارتی تھی نشانی جیت کی آج تھی جگ ویر کڑگ کیت میں سرن تہاری آپ ہاتھ رہے ہو اباری سرو ٹھور موہ سہائی دشٹ دوک تیلے ہو بچائی نمشکار شری کھڑگ کو کرو سہت چت لائے پورن کرو گرنتھے ہے تم ہے کرو سہائے مکوچر شاستر کھٹ پنگ گرن چڑھ جائے اندل خی بدرو سن جاؤ کال کرپا کرائے کہاں بدھ پرب تش ہماری ورن سکے مہما جو تہاری ہم نہ سکت کر صفت تمہاری آپ لہو تم کتھا سدھاری ہم نہ سکت کر صفت تمہاری آپ لے ہو تم کسا سدھاری واہے گرو صاحب جیو تے پرساد لگ نراج چھند جلے ہری تھلے ہری اور ہری بنے ہری گرے ہری گفے ہری چھتے ہری نبے ہری تو پرساد لگ نراج چھند جلے ہری تھلے ہری
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬਾਣੀ ਮਹਾਨ ਸੁੰਦਰ ਜੀਵਨ ਸਜ ਰਿਹਾ ਹੈ। ਪ੍ਰਕਾਸ਼ ਸੇਵਾ ਦੇ ਨਾਲ ਕੁਛ ਸਮਾਂ ਬਾਣੀ ਦਾ ਜਾਪ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ। ਆਪ ਹਾਜ਼ਰੀਆਂ ਭਰ ਕੇ ਲਾਹੇ ਲੈ ਰਹੇ ਸੀ। ਕੀਰਤਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਦੇ ਹਾਂ, ਜੋ ਆਪ ਜੀ ਨੇ ਸਿੰਘਾਂ ਦੇ ਬੇਨਤੀ ਕਰਨ ਤੋਂ ਆਪਣੇ ਮੁਖਾਰਬਿੰਦ ਤੋਂ ਜਿਹਦੇ ਵਿੱਚ ਵਾਹਿਗੁਰੂ ਦੀ ਸਰਵ ਰੂਪ ਦੇ ਵਿੱਚ ਭਰਪੂਰ ਮਹਿਮਾ ਵਡਿਆਈ ਹੈ, ਜਿਸਦਾ ਦਸ ਗ੍ਰੰਥੀ ਵਿੱਚ ਜੇ ਸਿਰਲੇਖ ਹੈ ਅਕਾਲ ਸਥਿਤ ਕਰਕੇ ਲਿਖਿਆ ਗਿਆ ਹੈ, ਉਹ ਆਪਾਂ ਵਿਚਾਰ ਰੂਪ ਵਿੱਚ ਪ੍ਰਾਰੰਭ ਕੀਤੀ ਹੋਈ ਹੈ। ਇਸੇ ਤਰ੍ਹਾਂ ਉਸ ਅਕਾਲ ਸਥਿਤ ਬਾਣੀ ਦੀਆਂ 50 ਪੌੜੀਆਂ ਆਪਾਂ ਪੂਰੀਆਂ ਕਰ ਲਈਆਂ ਹਨ। ਅੱਗੇ 51ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਇਹ ਜਿਹੜੀ 51ਵੀਂ ਪੌੜੀ ਹੈ ਅਤੇ ਇਸ ਤੋਂ ਅਗਲੀਆਂ ਪੌੜੀਆਂ ਹਨ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਗਨ ਰਾਜ ਛੰਦ ਵਿੱਚ ਉਚਾਰਨ ਕੀਤੀਆਂ ਹਨ, ਇਸ ਕਰਕੇ ਉੱਪਰ ਹੈਡਿੰਗ ਸਿਰਲੇਖ ਦੇ ਦਿੱਤਾ ਤੈ ਪ੍ਰਸਾਦ ਲਗਨ ਰਾਜ ਛੰਦ। ਤੇਰੀ ਕਿਰਪਾ ਨਾਲ ਜਿਹੜਾ ਲਗਨ ਰਾਜ ਨਾਮੀ ਛੰਦ ਹੈ ਉਹਦੇ ਵਿੱਚ ਅਸੀਂ ਮਾਰਾ ਬਾਣੀ ਉਚਾਰਨ ਕਰ ਰਹੇ ਹਾਂ। ਉਹ ਇਸ ਨੂੰ ਸੁਧੀ ਛੰਦ ਵੀ ਕਹਿ ਦਿੰਦੇ ਹੈ, ਹੋਹਾ ਛੰਦ ਵੀ ਕਹਿ ਦਿੰਦੇ ਹਨ। ਮੁੱਖ ਰੂਪ ਵਿੱਚ ਮਹਾਰਾਜ ਨੇ ਜਾਪ ਸਾਹਿਬ ਵਿੱਚ ਨਰਾਜ ਛੰਦ ਹੀ ਲਿਖਿਆ ਹੈ, ਇੱਥੇ ਲਗਨ ਰਾਜ ਕਹਿ ਦਿੱਤਾ ਹੈ, ਥੋੜਾ ਜਿਹਾ ਉਹਦੇ ਨਾਲ ਭੇਦ ਹੈ। ਜਿਵੇਂ ਵੀ ਵਾਹਿਗੁਰੂ ਨੂੰ ਸਰਵ ਰੂਪ ਦੇ ਵਿੱਚ ਆਪ ਜੀ ਬਿਆਨ ਕਰ ਰਹੇ ਹਨ, ਉਹ ਆਪਾਂ ਸੰਗਤ ਰੂਪ ਜੁੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨ ਦੀ ਇਕਾਗਰਤਾ ਨਾਲ ਸੁਣੀਏ ਜੀ। ਜਲੇ ਹਰੀ ਸਿੰਘਾਂ ਨੂੰ ਦੱਸ ਰਹੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਹੈ ਖਾਲਸਾ ਪੰਥ ਜੀ, ਜਿਵੇਂ ਗੁਰਬਾਣੀ ਵਿੱਚ ਲਿਖਿਆ ਹੈ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਇਸ ਤਰ੍ਹਾਂ ਜੈ ਜੈ ਭੇਖੋ ਤੈ ਹਜੂਰ ਜੂਰ ਕਸਰੋਂ ਜਾਈ, ਰਵ ਰਿਹਾ ਸਰਬ ਧਰਮੈ ਮਨੁਸ ਰਾਜ ਤਿਆਈ। ਉਸੇ ਸਿਧਾਂਤ ਅਨੁਸਾਰ ਹੀ ਮਹਾਰਾਜ ਥੋੜ੍ਹਾ ਜਿਹਾ ਖੋਲ ਕੇ ਕਹਿੰਦੇ ਕਿ ਜਲੇ ਹਰੀ, ਉਹ ਜੋ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ ਉਹ ਭਾਈ ਜਲ ਰੂਪ ਵੀ ਹੈ। ਜਲ ਰੂਪ ਹੁੰਦਾ ਜਲ ਦਾ ਉਹ ਆਸਰਾ ਰੂਪ ਵੀ ਹੈ, ਤੇ ਜਲ ਦੇ ਵਿੱਚ ਉਹ ਵਿਆਪਿਆ ਜਲ ਵਿੱਚ ਮਿਲਿਆ ਹੋਇਆ ਵੀ ਹੈ, ਤੇ ਜਲ ਦਾ ਪ੍ਰਕਾਸ਼ਕ ਵੀ ਹੈ। ਜਲ ਉਹਨੇ ਬਣਾਇਆ ਹੈ, ਆਪੇ ਨਹੀਂ ਜਲ ਬਣਿਆ ਹੈ। ਯਾਨੀ ਜਲ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਆਪ ਹੈ ਤੇ ਜਲ ਰੂਪ ਵੀ ਆਪ ਹੈ, ਫਿਰ ਉਸ ਜਲ ਦਾ ਜਿਹੜਾ ਸਹਾਰਾ ਹੈ ਉਹ ਵੀ ਆਪ ਹੈ। ਇਸ ਤਰ੍ਹਾਂ ਇਸ ਸੰਪਰਦਾ ਵਿੱਚ ਜਿੰਨੇ ਵੀ ਇਹ ਪਲ ਅੱਗੇ ਆ ਰਹੇ ਉਹਨਾਂ ਦਾ ਇਹ ਅਰਥ ਕਰਦੇ ਵੀ ਜਲ ਦਾ ਪ੍ਰਕਾਸ਼, ਜਲ ਨੂੰ ਬਣਾਉਣ ਵਾਲਾ ਪੈਦਾ ਕਰਨ ਵਾਲਾ ਪਰਮੇਸ਼ਰ ਆਪ ਹੈ, ਹਰੀ ਹੀ ਹੈ, ਜਲ ਰੂਪ ਵੀ ਆਪ ਹੈ ਤੇ ਜਲ ਦਾ ਸਹਾਰਾ ਰੂਪ ਵੀ ਹੈ, ਤੇ ਜਲ ਵਿੱਚ ਉਹ ਮਿਲਿਆ ਹੋਇਆ ਵਿਆਪਿਆ ਹੋਇਆ ਵੀ ਉਹੀ ਹੈ। ਉਹਨੂੰ ਜਲ ਵਿੱਚ ਨਾ ਮਿਲਿਆ ਹੋਵੇ ਪਰਮੇਸ਼ੁਰ,
ਅੱਜ ਦਾ ਅਸੀਂ ਜਲ ਛਕਦੇ ਹਾਂ, ਸਾਡੀ ਤੇਹ ਵੱਧ ਜਾਂਦੀ ਹੈ, ਸਾਨੂੰ ਸ਼ਾਂਤੀ ਹਾਸਲ ਹੋ ਜਾਂਦੀ ਹੈ ਪਾਣੀ ਪੀਣ ਨਾਲ। ਵੇਖ ਲਓ ਪਾਣੀ ਤੋਂ ਬਗੈਰ ਅਸੀਂ ਕਿੰਨੇ ਵਿਆਕੁਲ ਹੁੰਦੇ ਹਾਂ। ਇਸੇ ਤਰ੍ਹਾਂ ਬਾਹਰ ਵੀ ਜਦੋਂ ਅਸੀਂ ਜਲ ਦੀ ਵਰਤੋਂ ਕਰਦੇ ਹਾਂ, ਜਲ ਮਿਲਿਆ ਪਰਮੇਸ਼ਰ ਮਿਲਿਆ ਕਹਿੰਦੇ ਹਾਂ, ਤਨ ਕੀ ਗਈ ਬੁਲਾਏ, ਮਨ ਦੀ ਸ਼ੁੱਧੀ, ਤਨ ਦੀ ਸ਼ੁੱਧੀ ਹੋ ਜਾਂਦੀ ਹੈ। ਇਸ ਤਰ੍ਹਾਂ ਭਰੀਆ ਹੱਥ ਪੈਰ ਧੰਦੇ ਪਾਣੀ ਧੋਤਾ ਉਤਰ ਸਕੇ, ਮੂਲ ਪ੍ਰੀਤੀ ਕੱਪੜ ਹੋਏ ਦੇ ਸਾਬਣ ਲਈ ਹੈ ਉਸੋਏ, ਜੇ ਜਲ ਵਿੱਚ ਹੈਗਾ ਤਾਂ ਹੀ ਇਹ ਮਿਲ ਲਾਉਂਦਾ ਹੈ। ਇਸ ਕਰਕੇ ਜਿਵੇਂ ਬਾਹਰ ਨਾਮ ਦੁਆਰਾ ਅੰਦਰਲੀ ਮਨ ਦੀ ਮੈਲ ਨੂੰ ਲਾਉਂਦਾ ਪਰਮੇਸ਼ਰ, ਜਿਵੇਂ ਬਾਹਰ ਜਲ ਰੂਪ ਕਰਕੇ ਉਸ ਸਰੀਰ ਦੀ ਵੀ ਸ਼ੁੱਧੀ ਕਰੀ ਜਾਂਦਾ। ਜੋ ਜਲ ਵਿੱਚ ਮਿਲਿਆ ਹੈ, ਜਲ ਵਿੱਚ ਜਲ ਦਾ ਸਹਾਰਾ ਵੀ ਹੈ, ਉਹਦੇ ਸਹਾਰੇ ਆ ਸੰਸਾਰ ਦੇ ਵਿੱਚ ਜਲ ਟਿਕ ਰਿਹਾ, ਨਹੀਂ ਤਾਂ ਹੇਠਾਂ ਪਾਣੀ ਪਾਣੀ ਹੈ, ਉੱਪਰ ਧਰਤੀ ਹੈ। ਇਸ ਤਰ੍ਹਾਂ ਹੀ ਉਹਦੇ ਹੇਠਾਂ ਜਿਹੜਾ ਕੋਈ ਸਹਾਰਾ ਤਾਂ ਕੋਈ ਹੈਗਾ ਹੀ ਹੈ ਨਾ ਉਸਦਾ, ਇਸ ਕਰਕੇ ਉਹ ਪਾਣੀ ਟਿਕਿਆ ਹੋਇਆ। ਅਸੀਂ ਵੀ ਜੇ ਹੁਣ ਪਾਣੀ ਕੋਈ ਉੱਚੇ ਥਾਂ ਤੇ ਟਿਕਾਉਣਾ ਹੋ ਤੇ ਬੰਨਾ ਜਾ ਲਾਉਣਾ ਪਊ, ਨਹੀਂ ਤਾਂ ਥੱਲੇ ਨੂੰ ਆਊਗਾ, ਤੇ ਪਾਣੀ ਤਾਂ ਪਹਿਲਾਂ ਹੀ ਥੱਲੇ ਹੈ। ਉਹ ਥੱਲੇ ਜਿਹੜਾ ਪਾਣੀ ਹੁਣ ਉਹ ਕਿਹਦੇ ਆਸਰੇ ਟਿਕੇ ਹੈ, ਉਹਦਾ ਆਸਰਾ ਰੂਪ ਪਰਮੇਸ਼ਰ ਹੈ। ਇਸ ਕਰਕੇ ਉਹਦੀ ਰਜਾ ਵਿੱਚ ਉਹਦੇ ਸਹਾਰੇ ਉਹ ਪਾਣੀ ਟਿਕਿਆ ਹੋਇਆ ਜਿੱਥੇ ਉਹਨੇ ਟਿਕਾਇਆ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਖਾਲਸਾ ਜੀ, ਉਹ ਜੋ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਜਲ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ, ਇਹ ਜਲ ਰੂਪ ਵੀ ਉਹੀ ਹੈ, ਜਲ ਦਾ ਸਹਾਰਾ ਰੂਪ ਵੀ ਹੈ, ਜਲ ਦੇ ਕਣ ਕਣ ਵਿੱਚ ਮਿਲਿਆ ਵੀ ਉਹੀ ਹੈ। ਥੱਲੇ ਹਰੀ ਫਿਰ ਉਹ ਹਰੇ ਭਰੇ ਕਰਨ ਵਾਲਾ ਜਿਹੜਾ ਅਕਾਲ ਪੁਰਖ ਹੈ, ਜਿਹੜਾ ਮਾਰੂ ਥਲ ਹੈ, ਉਹਨੂੰ ਵੀ ਬਣਾਉਣ ਵਾਲਾ ਹੈ, ਤੇ ਮਾਰੂ ਥਲ ਦੇ ਵਿੱਚ ਮਿਲਿਆ ਹੋਇਆ ਵੀ ਹੈ, ਤੇ ਮਾਰੂ ਥਲ ਦਾ ਆਸਰਾ ਵੀ ਹੈ, ਤੇ ਮਾਰੂ ਥਲ ਰੂਪ ਵੀ ਆਪ ਹੀ ਹੈ, ਰੇਤਾ ਰੂਪ ਵੀ ਆਪ ਹੈ, ਰੇਤੇ ਦਾ ਸਹਾਰਾ ਵੀ ਆਪ ਹੈ, ਰੇਤੇ ਨੂੰ ਪੈਦਾ ਕਰਨ ਵਾਲਾ ਵੀ ਆਪ ਹੀ ਹੈ। ਇਹ ਜਾਣੀ ਸੁਧ ਰੂਪ ਦੇ ਵਿੱਚ ਅਰਥ ਹੈ, ਅੰਤਰੀਵ ਰੂਪ ਦੇ ਵਿੱਚ ਥੋੜਾ ਜਿਹਾ ਵੀ ਕਰਨੇ ਜਲ ਜਲੇ ਹਰੀ ਵੀ ਜਲਵਤ ਜਿਹੜੇ ਸ਼ੁੱਧ ਪ੍ਰੇਮੀ ਪਿਆਰੇ ਵਾਹਿਗੁਰੂ, ਜਿਵੇਂ ਜਲ ਸ਼ੁੱਧ ਹੁੰਦਾ ਹੈ, ਇਸ ਤਰ੍ਹਾਂ ਜਿਹੜੇ ਸ਼ੁੱਧ ਹਿਰਦੇ ਵਾਲੇ ਪੁਰਸ਼ ਹੈ ਉਹ ਪ੍ਰੇਮੀ ਹੀ ਹੁੰਦੇ ਹੈ। ਸ਼ੁੱਧ ਹਿਰਦੇ ਵਾਲੇ ਦੂਜਿਆਂ ਨੇ ਕੀ ਨਾਸਤਕਾਂ ਨੇ ਹੋਣਾ ਸ਼ੁੱਧ ਹਿਰਦੇ ਵਾਲੇ। ਇਸ ਕਰਕੇ ਜਿਹੜੇ ਜਲਵਤ ਸ਼ੁੱਧ ਪ੍ਰੇਮੀ ਹਨ, ਉਹਨਾਂ ਵਿੱਚ ਵੀ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਸਾਖਿਆਤਕਾਰ ਰੂਪ ਦੇ ਵਿੱਚ ਪ੍ਰਗਟ ਪ੍ਰਤੱਖ ਹੈ, ਤੇ ਥਲ ਵਾਂਗ ਮਾਰੂ ਥਲ ਵਾਂਗ ਉੱਚੇ ਟਿੱਬਿਆਂ ਵਾਂਗ ਜਿਹੜੇ ਕੋਈ ਨਾਸਤਿਕ ਲੋਕ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਰੂਪੀ ਜਲ ਹੈ ਨਹੀਂ ਹੈ, ਨਾਸਤਿਕ ਰੂਪੀ ਖੁਸ਼ਕੀ ਹੈ, ਉਹਨਾਂ ਨਾਸਤਿਕਾਂ ਅੰਦਰ ਇਸ ਤਰ੍ਹਾਂ ਖੁਸ਼ ਸੁਭਾਅ ਵਾਲਿਆਂ ਅੰਦਰ ਵੀ ਉਹ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੀ ਹੈ। ਉਰਾ ਹਰੀ ਉਰਾ ਦਲਾਵਾਂ ਨਾਲ ਸੀ, ਪਹਿਲਾਂ ਦਾ ਨਾਂ ਸੀ ਸਰੂਪ ਦਾ ਦਲਾਵਾਂ, ਮੇਰੇ ਕੋਲ ਤਾਂ ਉਰੇ ਹਰੀ ਹੈ, ਉਰੇ ਨਾ ਹਿਰਦੇ ਦਾ ਹੁੰਦਾ ਹੈ, ਹਿਰਦੇ ਵਿੱਚ ਹਾਂਜੀ ਉਰੇ ਹਰੀ, ਉਹ ਜਿਹੜਾ ਹਿਰਦਾ ਉਹਦੇ ਵਿੱਚ ਵੀ ਹਰੀ ਹੈ, ਤੇ ਹਿਰਦਾ ਰੂਪ ਵੀ ਪਰਮੇਸ਼ਰ ਆਪ ਹੀ ਹੈ, ਹਿਰਦੇ ਦਾ ਸਰਗਾਰਾ ਵੀ ਵਾਹਿਗੁਰੂ ਆਪ ਹੀ ਹੈ, ਤੇ ਹਿਰਦੇ ਦਾ ਪ੍ਰਕਾਸ਼ ਵੀ, ਹਿਰਦੇ ਨੂੰ ਬਣਾਉਣ ਵਾਲਾ ਵੀ ਉਹ ਆਪ ਹੀ ਹੈ। ਇਸ ਤਰ੍ਹਾਂ ਸਾਰਿਆਂ ਦਾ ਹਿਰਦਾ ਰੂਪ ਵੀ ਪਰਮੇਸ਼ਰ ਹੈ, ਸਾਰਿਆਂ ਹਿਰਦਿਆਂ ਦੇ
ਸਹਾਰਾ ਵੀ ਵਾਹਿਗੁਰੂ ਹੈ, ਸਾਰਿਆਂ ਦੇ ਹਿਰਦਿਆਂ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਵੀ ਉਹ ਮਿਲਿਆ ਹੋਇਆ ਹਰੀ ਹੀ ਹੈ, ਪਰਮੇਸ਼ਰ ਹੀ ਹੈ, ਬਣੇ ਹਰੀ। ਹਾਂਜੀ ਬਣੇ ਹਰੀ, ਹਾਂ ਬਣੇ ਹਰੀ, ਜੰਗਲਾਂ ਵਿੱਚ ਵੀ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ। ਇਸ ਤਰ੍ਹਾਂ ਸੰਸਾਰ ਰੂਪ ਜਿਹੜਾ ਜੰਗਲ ਹੈ ਉਹਦੇ ਵਿੱਚ ਵੀ ਹਰੀ ਹੈ, ਇਹ ਉਹਨੂੰ ਬਣਾਉਣ ਵਾਲਾ ਵੀ ਇਹ ਸੰਸਾਰ ਰੂਪ ਜੰਗਲ ਨੂੰ ਪਰਮੇਸ਼ਰ ਹੈ, ਇਹ ਸੰਸਾਰ ਰੂਪ ਜੰਗਲ ਦਾ ਸਹਾਰਾ ਆਸਰਾ ਵੀ ਪਰਮੇਸ਼ਰ ਉਹਦੇ ਆਸਰੇ ਖੜੋਤਾ ਹੈ, ਇਹਦੇ ਵਿੱਚ ਉਹ ਮਿਲਿਆ ਹੋਇਆ ਵੀ ਹੈ ਕਲਪਤ ਰੂਪ ਕਰਕੇ, ਇਸ ਤਰ੍ਹਾਂ ਇਸ ਵਿੱਚ ਮਿਲਿਆ ਹੋਇਆ ਵੀ ਹੈ। ਗਿਰੇ ਹਰੀ, ਗਿਰੇ ਨਾਲ ਪਹਾੜਾਂ ਦਾ ਹੁੰਦਾ, ਪਹਾੜਾਂ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਹੈ, ਤੇ ਪਹਾੜਾਂ ਪਹਾੜ ਰੂਪ ਵੀ ਵਾਹਿਗੁਰੂ ਹੈ, ਤੇ ਪਹਾੜਾਂ ਦਾ ਆਸਰਾ ਵੀ ਉਹ ਵਾਹਿਗੁਰੂ ਹੈ, ਪਹਾੜਾਂ ਵਿੱਚ ਮਿਲਿਆ ਹੋਇਆ ਵੀ ਪਰਮੇਸ਼ਰ ਹੀ ਹੈ। ਗੁਫੇ ਹਰੀ, ਪਹਾੜਾਂ ਦੇ ਵਿੱਚ ਜਿਹੜੀਆਂ ਗੁਫਾਵਾਂ ਹੁੰਦੀਆਂ ਹਨ, ਜਿਵੇਂ ਹੇਮਕੁੰਡ ਨੂੰ ਜਾਈਏ ਦੋ ਪਹਾੜਾਂ ਦੇ ਵਿਚਕਾਰ ਜੀ ਜਿਹੜੀ ਜਗ੍ਹਾ ਜੀ ਹੁੰਦੀ ਹੈ ਉਹਨੂੰ ਗੁਫਾ ਕਹਿ ਦਿੰਦੇ, ਉਹਨੂੰ ਕੰਦਰਾ ਵੀ ਕਹਿ ਦਿੰਦੇ। ਇਸ ਤਰ੍ਹਾਂ ਪਹਾੜਾਂ ਦੇ ਵਿੱਚ ਜਿਹੜੀਆਂ ਕੰਦਰਾਵਾਂ ਜਾਂ ਗੁਫਾਵਾਂ ਜਿਹੀਆਂ ਹਨ, ਕੋਤਦੀਵਾਵਾਂ ਜਿਹੀਆਂ ਹਨ, ਉਹ ਵੀ ਹਰੀ ਬਣਾਉਣ ਵਾਲਾ ਹੈ, ਤੇ ਉਹ ਗੁਫਾਵਾਂ ਰੂਪੀ ਆਪ ਹੀ, ਉਹਨਾਂ ਗੁਫਾਵਾਂ ਦਾ ਸਹਾਰਾ ਵੀ ਆਪ ਹੈ, ਉਹਨਾਂ ਗੁਫਾਵਾਂ ਵਿੱਚ ਕੰਦਰਾਂ ਵਿੱਚ ਮਿਲਿਆ ਹੋਇਆ ਵੀ ਪਰਮੇਸ਼ਰ, ਵਿਆਪਿਆ ਹੋਇਆ ਵੀ ਪਰਮੇਸ਼ਰ ਹਰੀ ਹੀ ਹੈ। ਛਿਤੇ ਹਰੀ, ਧਰਤੀ ਨੂੰ ਬਣਾਉਣ ਵਾਲਾ ਵੀ ਹਰੇ ਭਰੇ ਕਰਨ ਵਾਲਾ ਅਕਾਲ ਪੁਰਖ ਹੈ, ਤੇ ਧਰਤੀ ਰੂਪ ਵੀ ਆਪ ਹੀ ਹੈ ਉਹ, ਸਾਰੇ ਧਰਤੀ ਦਾ ਆਸਰਾ ਰੂਪ ਵੀ ਆਪ ਹੀ ਹੈ, ਧਰਤੀ ਵਿੱਚ ਮਿਲਿਆ ਹੋਇਆ ਵੀ ਆਪ ਹੈ। ਨਵੇ ਹਰੀ, ਇਸ ਤਰ੍ਹਾਂ ਆਕਾਸ਼ਾਂ ਨੂੰ ਬਣਾਉਣ ਵਾਲਾ ਵੀ ਹਰੀ ਹੈ, ਜਿਹੜਾ ਘਟ ਆਕਾਸ਼ ਹੈ, ਮਿਘ ਆਕਾਸ਼ ਹੈ, ਮਸ਼ਾ ਆਕਾਸ਼ ਹੈ, ਮਹਾਕਾਸ਼ ਹੈ, ਇਹ ਸਾਰੇ ਆਕਾਸ਼ਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ, ਤੇ ਇਹ ਜਿਹੜੇ ਆਕਾਸ਼ ਹਨ, ਘਟ ਆਕਾਸ਼, ਮਿਘ ਆਕਾਸ਼, ਮਠਾ ਆਕਾਸ਼, ਮਹਾਕਾਸ਼, ਇਹ ਵਾਹਿਗੁਰੂ ਹੀ ਹੈ, ਇਹਨਾਂ ਦਾ ਸਹਾਰਾ ਵੀ ਆਪ ਹੈ, ਇਹਨਾਂ ਵਿੱਚ ਮਿਲਿਆ ਹੋਇਆ ਵੀ ਉਹ ਵਾਹਿਗੁਰੂ ਹੈ। ਇਹਾ ਹਰੀ, ਇੱਥੇ ਇਸ ਲੋਕ ਵਿੱਚ ਵੀ ਵਾਹਿਗੁਰੂ ਹੈ, ਕਿਉਂਕਿ ਉਸੇ ਨੇ ਬਣਾਇਆ ਇਹ ਲੋਕ, ਇਸ ਕਰਕੇ ਇੱਥੇ ਕਹਿੰਦੇ ਜਿਹੜਾ ਇਹ ਮਾਤ ਲੋਕ ਹੈ ਉਹ ਵੀ ਹਰੀ ਨੇ ਬਣਾਇਆ ਹੈ, ਤੇ ਹਰੀ ਦੇ ਆਸਰੇ ਹੈ, ਤੇ ਹਰੀ ਮਾਤ ਲੋਕ ਇੱਥੇ ਬਣ ਰਿਹਾ ਹੈ, ਇਸ ਤਰ੍ਹਾਂ ਦੇ ਵਿੱਚ ਮਿਲਿਆ ਹੋਇਆ ਵੀ ਇੱਥੇ ਉਹ ਪਰਮੇਸ਼ਰ ਹੀ ਹੈ। ਉਹਾ ਹਰੀ, ਉੱਥੇ ਜਿਹੜਾ ਪਰਲੋਕ ਹੈ ਉਹ ਵੀ ਹਰੀ ਨੇ ਬਣਾਇਆ ਹੈ, ਤੇ ਉਹ ਪਰਲੋਕ ਰੂਪ ਵੀ ਵਾਹਿਗੁਰੂ ਆਪ ਹੀ ਬਣ ਰਿਹਾ ਹੈ, ਤੇ ਉਹ ਪਰਲੋਕ ਦਾ ਜਿਹੜਾ ਸਹਾਰਾ ਉਹ ਵੀ ਆਪ ਹੀ ਹੋ ਰਿਹਾ, ਤੇ ਪਰਲੋਕ ਵਿੱਚ ਮਿਲਿਆ ਹੋਇਆ ਵੀ ਉਹ ਪਰਮੇਸ਼ਰ ਹੈ। ਜਿਮੀ ਹਰੀ, ਕਹਿੰਦੇ ਸਿੱਧਾ ਧਰਤੀ ਰੂਪ ਵੀ ਵਾਹਿਗੁਰੂ ਹਰੀ ਹੈ, ਬੁੱਧੀ ਰੂਪੀ ਧਰਤੀ ਵੀ ਉਹ ਆਪ ਹੀ ਹੈ। ਜਮਾ ਹਰੀ, ਜਮਾ ਨਾ ਆਕਾਸ਼ ਹੈ, ਆਕਾਸ਼ ਰੂਪੀ ਆਕਾਰ ਹੈ, ਹਿਰਦਾ ਰੂਪੀ ਜਿਹੜਾ ਆਕਾਸ਼ ਹੈ, ਪਲਾੜ ਹੈ, ਉਹ ਵੀ ਹਰੀ ਹੈ, ਜਮਾ ਜਮਾਨਾ ਰੂਪੀ ਪਰਮੇਸ਼ਰ ਹੀ ਹੈ, ਤੇ ਜਮਾਨਿਆਂ ਦਾ ਸਹਾਰਾ ਵੀ, ਇਹਨਾਂ ਜਮਾਨਿਆਂ ਨੂੰ ਬੁਲਾਉਣ ਵਾਲਾ ਬਦਲਾਉਣ ਵਾਲਾ ਵੀ ਪਰਮੇਸ਼ਰ ਹੈ। ਅਲੇਖ ਹਰੀ, ਇਸ ਤਰ੍ਹਾਂ ਲੇਖਿਆਂ ਤੋਂ ਰਹਿਤ ਵੀ ਪਰਮੇਸ਼ਰ ਹੈ, ਇਸ ਕਰਕੇ ਲੇਖੇ ਤੋਂ ਰਹਿਤ ਜੇ ਵੀ ਕੋਈ ਹੈ ਤਾਂ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਲੇਖਿਆਂ ਤੋਂ ਰਹਿਤ ਕਰਨ ਵਾਲਾ ਵੀ ਇਹ ਜੀਵਾਂ ਨੂੰ ਵਾਹਿਗੁਰੂ ਹੀ ਹੈ,
ਲੇਖਾ ਛੋੜ ਅਸ਼ਿਟ ਲੇਖਾ ਛੂਟੇ ਹਨ ਧਰਮ ਰਾਏ ਦਰ ਕਾਗਜ ਹਾਰੇ ਜਨ ਨਾਨਕ ਲੇਖਾ ਸਮਝਾ ਉਹ ਆਪਣੇ ਪਿਆਰਿਆਂ ਦੁਆਰਾ ਸਿਫਾਰਸ਼ੀ ਕਰਾ ਕੇ ਹਿਸਾਬ ਕਿਤਾਬ ਛੁਡਾ ਦਿੰਦਾ ਲੇਖੇ ਤਰਹਿਤ ਕਰ ਦਿੰਦਾ ਜਿਵੇਂ ਜਲਣ ਜਟਣੇ ਆਪਣੀ ਘਰਵਾਲੀ ਨੂੰ ਭੇਜ ਕੇ ਸ਼ਾਹੂਕਾਰ ਨੂੰ ਹਿਸਾਬ ਕਿਤਾਬ ਜਿਹਾ ਹੋ ਰਿਹਾ ਸੀ ਕਹਿ ਦਿੱਤਾ ਵੀ ਭਗਤ ਜੀ ਨੇ ਕਿਹਾ ਵੀ ਇਹਦਾ ਲੇਖਾ ਲੁਖਾ ਹਿਸਾਬ ਕਿਤਾਬ ਜਾਂ ਨਹੀਂ ਕਰਨਾ ਹੈ ਬਹੁਤ ਐਂ ਛੜ ਛੁੜ ਦੇਣਾ ਬਸ ਉਸੇ ਵੇਲੇ ਲੇਖਾ ਹੋ ਗਿਆ ਕਿਹੜਾ ਛੜਦਾ ਲੇਖਿਆਂ ਤੋਂ ਹਿਸਾਬਾ ਕਿਤਾਬਾਂ ਤੋਂ ਛੁਡਾਉਣ ਵਾਲਾ ਤੇ ਆਪ ਵੀ ਹਿਸਾਬਾਂ ਕਿਤਾਬਾਂ ਲੇਖਿਆਂ ਤੋਂ ਰਹਿਤ ਜੇ ਕੋਈ ਹੈ ਪਰਮੇਸ਼ਰ ਹੀ ਹਰੇ ਭਰੇ ਕਰਨ ਵਾਲਾ ਹੀ ਹੈ ਅਪੇਖ ਹਰੀ ਜਿਹੜੇ ਦਿਖਾਵੇ ਦੇ ਭੇਖ ਜੇ ਹਨ ਪਖੰਡ ਦੇ ਭੇਖ ਇਹਨਾਂ ਤੋਂ ਰਹਿਤ ਜੇ ਕੋਈ ਹੈ ਪਰਮੇਸ਼ਰ ਹੀ ਹੈ ਹਰੇ ਭਰੇ ਕਰਨ ਵਾਲਾ ਹੀ ਹੈ ਅਦੋਖ ਹਰੀ ਦੁੱਖਾਂ ਤੋਂ ਰਹਿਤ ਗੁਨਾ ਗੁਨਾਹਾਂ ਤੋਂ ਰਹਿਤ ਜੇ ਕੋਈ ਹੈ ਤਾਂ ਫਿਰ ਵਾਹਿਗੁਰੂ ਹੀ ਹੈ ਨਾ ਦੁੱਖਾਂ ਗੁਨਾਹਾਂ ਤੋਂ ਬਾਕੀ ਤਾਂ ਗੁਨਾਹਾਂ ਨਾਲ ਗੁਨਾਹ ਨਾਲ ਭਰੇ ਹੋਏ ਹਨ ਇਹਨਾਂ ਦੁੱਖਾਂ ਨੂੰ ਮਨੁੱਖਾਂ ਤੋਂ ਗੁਰੂ ਦੀ ਚਰਨ ਛਰਨ ਪਾ ਕੇ ਇਸ ਨਾਮ ਬਾਣੀ ਦਾ ਅਭਿਆਸ ਕਰਾ ਕੇ ਦੁੱਖਾਂ ਤੋਂ ਰਹਿਤ ਕਰਨ ਵਾਲਾ ਗੁਨਾਹਾਂ ਤੋਂ ਰਹਿਤ ਕਰਨ ਵਾਲਾ ਵੀ ਪਰਮੇਸ਼ਰ ਹਰੀ ਹੀ ਹੈ ਅਦਵੈਖ ਹਰੀ ਇਸ ਤਰ੍ਹਾਂ ਦਵੈਤ ਭਾਵ ਤੋਂ ਰਹਿਤ ਵੀ ਉਹ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ ਨਹੀਂ ਜਿਹੜਾ ਇਹ ਜੀਵ ਹੈ ਦਵੈਤ ਭਾਵਨਾ ਵਿੱਚ ਫਸਿਆ ਹੋਇਆ ਇਹਨੂੰ ਦਵੈਤ ਤੋਂ ਰਹਿਤ ਕਰਨ ਵਾਲਾ ਜੇ ਕੋਈ ਹੈ ਤਾਂ ਪਰਮੇਸ਼ਰ ਹੈ ਉਹ ਗੁਰੂ ਦੁਆਰਾ ਆਪਣਾ ਜਿਹੜਾ ਸਰਚਿਤ ਅਨੰਦ ਸਰੂਪ ਉਹਨੂੰ ਲਿਖਵਾ ਕੇ ਜਿਨਾ ਦਿੰਦਾ ਵੀ ਬਹੁਤੇ ਨੀ ਮੈਂ ਹਾਂ ਪੰਜ ਸੱਤ ਨੀ ਮੈਂ ਹਾਂ ਮੈਂ ਇੱਕੋ ਇੱਕ ਹਾਂ ਜੇ ਗੁਰੂ ਨਾਨਕ ਸਾਹਿਬ ਜੀ ਨੇ ਜਿਣਾਇਆ ਵੀ ਵਾਹਿਗੁਰੂ ਇੱਕ ਹੈ ਹੁਣ ਦਵੈਤ ਤੋਂ ਰਹਿਤ ਅਦਵੈਤ ਰੂਪ ਵੀ ਇੱਕੋ ਇੱਕ ਪਰਮੇਸ਼ਰ ਵੀ ਉਹੀ ਹੈ ਅਕਾਲ ਹਰੀ ਅਕਾਲ ਤੋਂ ਰਹਿਤ ਵੀ ਪਰਮੇਸ਼ਰ ਹੀ ਹੈ ਵਿਸ਼ੇਸ਼ ਕਰਕੇ ਕਾਲ ਰੂਪ ਵੀ ਆਪ ਹੈ ਸਭ ਦਾ ਉਹੀ ਅਪਾਲ ਹਰੀ ਪਾਲਣਾ ਤੋਂ ਰਹਿਤ ਵੀ ਹਰੀ ਹੈ ਉਹਨੂੰ ਕਿਸੇ ਨੇ ਨੀ ਪਾਲਿਆ ਪੋਸਿਆ ਬਾਕੀ ਸਾਨੂੰ ਕਿਸੇ ਨੇ ਕੋਈ ਦੇ ਪਾਲ ਮਰੁੱਧ ਦੇ ਕੇ ਚੰਗਾ ਕੇ ਮੂੰਹ ਚ ਬੁਰਕੀਆਂ ਗ੍ਰਹੀਆਂ ਪਾ ਕੇ ਇਉਂ ਸਾਨੂੰ ਪਾਲਿਆ ਪੋਸਿਆ ਉਹ ਪਰਮੇਸ਼ਰ ਕਹਿੰਦੇ ਪਾਲਣਾ ਤੋਂ ਰਹਿਤ ਵਿਸ਼ੇਸ਼ ਕਰਕੇ ਸਭ ਦੀ ਪਾਲਣਾ ਪੋਸਣਾ ਕਰਨ ਵਾਲਾ ਵੀ ਉਹ ਪਰਮੇਸ਼ਰ ਹੀ ਹਰੀ ਹੈ ਅਛੇਦ ਹਰੀ ਅਛੇਦ ਕੱਟਣ ਤੋਂ ਰਹਿਤ ਜੇ ਕੋਈ ਹੈ ਜੋ ਪਰਮੇਸ਼ਰ ਹਰੇ ਭਰੇ ਕਰਨ ਵਾਲਾ ਹੀ ਹੈ ਉਹ ਤੋਂ ਬਗੈਰ ਤਾਂ ਸਾਰੇ ਕਾਲ ਦੀ ਫਾਹੀ ਛੁਰੀ ਨਾਲ ਕੱਟੇ ਵੱਢੇ ਜਾਂਦੇ ਇੱਥੇ ਵੀ ਸ਼ਸਤਰਾਂ ਨਾਲ ਉਹਨਾਂ ਸਾਨੂੰ ਕੋਈ ਕੱਟ ਵੱਢ ਦਿੰਦਾ ਹੈ ਉਹ ਕੱਟਣ ਤੋਂ ਰਹਿਤ ਜਾਂ ਕੱਟਣ ਤੋਂ ਰਹਿਤ ਕਰਨ ਵਾਲਾ ਵੀ ਪਰਮੇਸ਼ਰੀ ਹੈ ਅਭੇਦ ਹਰੀ ਇਸੇ ਤਰ੍ਹਾਂ ਸਾਰੇ ਭੇਦਾਂ ਭਰਮਾਂ ਤੋਂ ਵੱਖਰੇਪਣਾਂ ਤੋਂ ਉਹ ਪਰਮੇਸ਼ਰ ਵਾਹਿਗੁਰੂ ਹੈ ਬਾਕੀ ਤਾਂ ਭੇਦਾਂ ਵਿੱਚ ਭਰਮਾਂ ਵਿੱਚ ਵਹਿਮਾਂ ਵਿੱਚ ਪਏ ਹੋਏ ਹੈ ਉਹ ਤੋਂ ਬਗੈਰ ਅਚੰਤਰ ਹਰੀ ਆ ਜਿਹੜੇ ਕੁਛ ਵੀ ਧਾਗੇ ਜੇ ਹੈ ਇਹਨਾਂ ਤੋਂ ਰਹਿਤ ਹੈ ਹਰੀ ਦੁਨੀਆਂ ਦੇ ਲੋਕ ਤਵੀਤਾ ਗੇੜੇ ਕਰਦੇ ਫਿਰਦੇ ਹੈ ਇਹਨਾਂ ਜੰਤਰਾਂ ਤਵੀਤਾ ਗਿਆ ਤੋਂ ਰਹਿਤ ਹੈ ਉਹ ਨੀ ਕਰਦਾ ਇਹੋ ਜਿਹੇ ਤਵੀਤਾ ਗੇੜੇ ਪਖੰਡੀ ਲੋਕ ਲੋਟੂ ਲੋਕ ਜੰਤਰ ਤਵੀਤਾ ਗੇੜੇ ਕਰਦੇ ਹੈ ਚਾਰ ਕੁੰਗਣਾਂ ਦਾ ਕਾਗਜ਼ਾ ਹੁੰਦਾ ਹੈ ਉਹਦੇ ਕੋਲ ਥੋੜੇ ਜਿਹੇ ਅੰਕ ਜਿਹੇ ਲਿਖ ਦਿੰਦੇ ਹੈ ਮੂੰਹ ਚ ਬੁੜਬੁੜ ਜੇ ਕਰਕੇ ਮਾੜੀਆਂ ਜਿਹੀਆਂ ਫੂਕਾਂ ਜਿਹੀਆਂ ਮਾਰ ਦਿੰਦੇ ਹੈ ਪੰਜਾਹ ਦੇ ਦੇ ਸੌ ਦੇ ਦੇ ਗਿਆਰਾਂ ਸੌ ਇਹ ਕਹਿੰਦੇ ਪੱਕਾ ਜੰਤਰ ਲੈਣਾ ਫਿਰ ਆਈ ਦੀਵਾਲੀ ਨੂੰ ਜਾਂ ਹੋਲੀ ਨੂੰ
ਰਹਿ ਸਰਾ ਵੀ ਹੋ ਫਿਰ ਉਹ ਕਹਿੰਦੇ ਵੀ ਹੁਣ ਤੂੰ ਜਿੱਥੇ ਮਰਜ਼ੀ ਫਰੀ ਹੈ ਤੈਨੂੰ ਪੱਕਾ ਹੀ ਤਵੀਤ ਕਰਤਾ ਫਿਰ ਜਿਹਨੇ ਮਰਜ਼ੀ ਕੋ ਲੈ ਲਏ ਇਹਨਾਂ ਤੋਂ ਲਾਣੇ ਤੋਂ ਹੂੰ ਇਹ ਦੁਖੀ ਦੁਆਰ ਨੀ ਕਿਸੇ ਨੂੰ ਇਹ ਚਾਰ ਅੰਗਣਾਂ ਦਾ ਜਿਹੜਾ ਕਾਗਜ਼ ਆਉਂਦਾ ਉਹ ਸਭ ਇਹਦੇ 'ਤੇ ਭੁਲੇਖਾ ਹੈ ਨਾ ਕਾਸ਼ ਕਰਕੇ ਮਾਂਜਿਆ ਇਹ ਸਭ ਕੁਛ ਇਹ ਤਵੀਤ 'ਤੇ ਕਹਿੰਦੇ ਬਾਹਰ ਦਿੰਦੀਆਂ ਹਨ ਉਹ ਪਰਮੇਸ਼ਰ ਐਸਾ ਹੀ ਜੰਤਰ ਜੇ ਕਰਦਾ ਤਵੀਤਾ ਕੇ ਜੇ ਕਰਦਾ ਤੇ ਇਹਨਾਂ ਦੇ ਤਵੀਤਾ ਕਹਿੰਦੇ ਉਹ ਬਸ ਵੀ ਨਹੀਂ ਆਉਂਦਾ ਹੈ ਰੱਬ ਤੇ ਕੋਈ ਤਵੀਤ ਕਰਦੇ ਉਹਦੇ ਵੀ ਲਓ ਵੀ ਸਾਡੇ ਬਸ ਹੋ ਜਾਊਗੀ ਉਹ ਤਾਂ ਭਗਤੋਂ ਭਗਤਾਂ ਕਾ ਬਸ ਪਰਮੇਸ਼ਰ ਤਾਂ ਆਪਣੇ ਪਿਆਰਿਆਂ ਭਗਤਾਂ ਦੇ ਤਾਂ ਬਸ ਹੈ ਤੇ ਭਗਤਾਂ ਨੂੰ ਉਹਦਾ ਬਲ ਹੈ ਉਹ ਉਹਦੇ ਆਸਰੇ ਰਹਿੰਦੇ ਉਹਦੇ ਤੇ ਨਹੀਂ ਕੋਈ ਜਿਣਾਉਂਦੇ ਇਸ ਤਰ੍ਹਾਂ ਜਿਹੜੇ ਕੋਈ ਤਵੀਤ ਅੱਗੇ ਇਹਨਾਂ ਦੇ ਵਸ ਵਿੱਚ ਆਉਣ ਵਾਲਾ ਵੀ ਹਰੀ ਨਹੀਂ ਹੈ ਤੇ ਕਰਨ ਵਾਲਾ ਵੀ ਪਰਮੇਸ਼ਰ ਨਹੀਂ ਹੈ ਮੰਤਰ ਹਰੀ ਆ ਜਿਵੇਂ ਕੋਈ ਮੰਤਰ ਮੁੰਤਰ ਜੇ ਪੜ੍ਹਦੇ ਹੁੰਦੇ ਹੈ ਨਾ ਇਹਨਾਂ ਮੰਤਰਾਂ ਮੁੰਤਰਾਂ ਵੀ ਪੜ੍ਹ ਤੋਂ ਰਹਿਤ ਹੈ ਹਰੀ ਉਹਨੀਏ ਕੋਈ ਮੰਤਰ ਮੁੰਤਰ ਜੇ ਪੜ੍ਹਦਾ ਜਿਵੇਂ ਅੱਜ ਯੋਗੀ ਕਹਿੰਦੇ ਅਸੀਂ ਮੰਤਰ ਪੜ੍ਹਦਿਆਂਗੇ ਲਹਿਰ ਲੈ ਜਾਊਗੀ ਗਾਰੜੂ ਮੰਤਰ ਸਾਡੇ ਕੋਲ ਹੈਗਾ ਹੈ ਸੱਪ ਦਾ ਡੰਗ ਤੁਸੀਂ ਮਰਾਓ ਜਦੋਂ ਚਿਹਰ ਚੜਨ ਲੱਗੂਗੀ ਉਦੋਂ ਅਸੀਂ ਉੱਪਰ ਮੰਤਰ ਪੜ੍ਹ ਦਿਆਂਗੇ ਥੌਲਾ ਕਰ ਦਿਆਂਗੇ ਬਸ ਚਿਹਰ ਲੈ ਜਾਊਗੀ ਕਿਉਂ ਪਰਮੇਸ਼ਰ ਨੀ ਕੋਈ ਇਹੋ ਜਿਹੇ ਮੰਤਰ ਮੁੰਤਰ ਜੇ ਪੜ੍ਹਦਾ ਹਥੌਲੇ ਜੇ ਨੀ ਕਰਦਾ ਹੈ ਇਸ ਤਰ੍ਹਾਂ ਉਹ ਮੰਤਰਾਂ ਤੋਂ ਰਹਿਤ ਹੈ ਹਰੀ ਸੋ ਤੇਜ ਹਰੀ ਬੜੇ ਤੇਜ ਪ੍ਰਤਾਪ ਵਾਲਾ ਵੀ ਉਹ ਜੇ ਕੋਈ ਹੈ ਤਾਂ ਪਰਮੇਸ਼ਰ ਹੀ ਹੈ ਅਤੰਤਰ ਹਰੀ ਇਸ ਤਰ੍ਹਾਂ ਜਿਹੜੇ ਕੋਈ ਇਹ ਤਿੰਨ ਚੀਜ਼ਾਂ ਜਿਹੀਆਂ ਲੈ ਕੇ ਟੂਣੇ ਟਾਮਣ ਜੇ ਕੀਤੇ ਜਾਂਦੇ ਸਿੱਟਾਂ ਜਿਹੀਆਂ ਸਿੱਟੀਆਂ ਜਾਂਦੀਆਂ ਲੋਕਾਂ ਦੇ ਘਰਾਂ ਵਿੱਚ ਇਹਨਾਂ ਤੋਂ ਰਹਿਤ ਹੈ ਪਰਮੇਸ਼ਰ ਉਹ ਨੀ ਟੂਣੇ ਟਾਮਣ ਜੋ ਨੀ ਸਿੱਟਾਂ ਜਿਹੀਆਂ ਕਿਤੇ ਸਿੱਟਦਾ ਫਿਰਦਾ ਹੈ ਉਹ ਤਿੰਨਾਂ ਚੀਜ਼ਾਂ ਨੂੰ ਇਕੱਠੀਆਂ ਜਿਹੀਆਂ ਕਰਕੇ ਤੇ ਉਹਨੂੰ ਕਹਿੰਦੇ ਵੀ ਮੈਂ ਤੰਤਰ ਕਰ ਦਿੱਤਾ ਹੈ ਉਹ ਇੱਕ ਤਾਂ ਉਹ ਬਾਣ ਦੀ ਸੁੱਗੀ ਜੀ ਲੈ ਲੈਂਦੇ ਹੈ ਤੇ ਉਹਦੇ 'ਤੇ ਉਹ ਮੰਤਰ ਜਿਹਾ ਪੜ੍ਹ ਦਿੰਦੇ ਹੁੰਦੇ ਹੈ ਵਿੱਚ ਉਹਦੇ ਕੋਈ ਲੋਹਾ ਲੋਹਾ ਜਾਂ ਕੋਈ ਇਸ ਲੱਕੜ ਲੁੱਕੜ ਦੀ ਕਹਿੰਦੇ ਤੂੰ ਮੁੰਨੀ ਜੀ ਬਣਾ ਕੇ ਪਾ ਲਈ ਉਹ ਫਿਰ ਤਿੰਨ ਚੀਜ਼ਾਂ ਹੋ ਗਈਆਂ ਨਾ ਇਕੱਠੀਆਂ ਮੰਤਰ ਪੜ੍ਹਤਾ ਗਣਾਈਆਂ ਦੇ ਦੀਆਂ ਕੁੱਕਾਂ ਜੀਆਂ ਮਾਰਤੀਆਂ ਇਹ ਬਾਕੀ ਹੋਏ ਮੰਤਰ ਹੋ ਗਿਆ ਇੱਕ ਉਹ ਸੁਬੀ ਜੀ ਹੋ ਗਈ ਬਾਣ ਦੀ ਇੱਕ ਉਹਦੇ ਵਿੱਚ ਜਿਹੜਾ ਕੋਈ ਲੋਹੇ ਦਾ ਪਾਇਆ ਚੀਜ਼ ਤਿੰਨ ਹੋ ਗਈਆਂ ਨਾ ਉਹ ਜੇ ਲੱਕੜ ਦੀ ਪਾ ਦੇ ਲੋਹੇ ਤਾਂ ਪਾ ਤੱਕੜਾ ਜਿਹਾ ਉਹਨੂੰ ਕਹਿੰਦੇ ਲੈ ਵੀ ਤੈਨੂੰ ਤੰਤਰ ਕਰਤਾ ਟੂਣਾ ਟਾਮਣ ਕਰਤਾ ਪਾ ਦੇ ਇਹਨੂੰ ਤੂੰ ਗਾਂ ਮੱਝਦੇ ਕੁਛ ਨਹੀਂ ਹੁੰਦਾ ਉਸਨੂੰ ਇਸ ਤਰ੍ਹਾਂ ਕਹਿੰਦੇ ਆ ਜਿਹੜੇ ਤੰਤਰ ਜੇ ਹੈ ਨਾ ਟੂਣੇ ਟਾਮਣ ਜੇ ਤੋਂ ਰਹਿਤ ਹੈ ਕਰਨ ਕਰਾਉਣ ਵਾਲਾ ਪਰਮੇਸ਼ਰ ਨਹੀਂ ਹੈ ਅਜਾਤ ਹਰੀ ਇਸੇ ਤਰ੍ਹਾਂ ਜਿਹੜਾ ਕੋਈ ਜਾਤ ਹੈ ਜਨਮ ਤੋਂ ਹਾਂ ਜਾਤਾਂ ਪਾਤਾਂ ਵਿੱਚ ਫਸਿਆ ਹੋਇਆ ਹਰੀ ਨਹੀਂ ਹੈ ਜਨਮ ਤੋਂ ਰਹਿਤ ਵੀ ਹਰੀ ਪਰਮੇਸ਼ਰ ਹੀ ਹੈ ਅਪਾਤ ਹਰੀ ਅਪਾਤ ਨਾ ਡਿੱਗਣ ਦਾ ਮਰਨ ਦਾ ਹੁੰਦਾ ਢਹਿ ਢੇਰੀ ਹੋਣ ਦਾ ਹੁੰਦਾ ਢਹਿ ਢੇਰੀ ਹੋਣ ਤੋਂ ਮਨ ਤੋਂ ਰਹਿਤ ਵੀ ਜੇ ਕੋਈ ਹੈ ਤਾਂ ਪਰਮੇਸ਼ਰ ਹੀ ਹੈ ਅਮਿੱਤਰ ਹਰੀ ਹਾਂ ਇਸ ਤਰ੍ਹਾਂ ਜਿਹੜਾ ਵਾਹਿਗੁਰੂ ਹੈ ਉਹ ਵਿਸ਼ੇਸ਼ ਕਰਕੇ ਸਭ ਦਾ ਮਿੱਤਰ ਵੀ ਹੈ ਹੁਣ ਜੋ ਕਿਸੇ ਦਾ ਜਿਹੜੇ ਕੋਈ ਦਿਖਾਵਾ ਪਖੰਡ ਜਿਹਾ ਕਰਦੇ ਉਹਨਾਂ ਦਾ ਕੋਈ ਮਿੱਤਰ ਮਿੱਤਰ ਨਹੀਂ ਹੈ ਉਹ ਮਿੱਤਰਤਾ ਤੋਂ ਰਹਿਤ ਵੀ ਹੈ ਕਰਮ ਫਲ ਪ੍ਰਦਾਤਾ ਜ਼ਰੂਰ ਹੈ ਉਹ ਪਰਮੇਸ਼ਰ ਮਾਤ ਹਰੀ ਈਸ਼ਰਾ ਮਾਤਾ ਤੋਂ ਰਹਿਤ ਸਾਡੀ ਤਾਂ ਕੋਈ ਨਾ ਕੋਈ ਮਾਂ ਹੈਗੀ ਹੈ ਨਾ ਪਿਓ ਵੀ ਹੈਗਾ ਪਰਮੇਸ਼ਰ ਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ ਨਾ ਤਿਸ ਬਾਪ ਨਾ ਮਾਂ ਇਹ ਕਿੰਤੂ ਜਾਇਆ ਵੀ ਉਹ ਕਿਹਨੇ ਤੂੰ ਪੈਦਾ ਕੀਤਾ ਤੇਰਾ ਤਾਂ ਕੋਈ ਨਾ ਨਾ ਮਾਂ ਨਾ ਪਿਓ ਉਹ ਪਰੰਪਰ ਹੋਤਾ ਹੈ
ਪਰਮੇਸ਼ੁਰ ਇਸੇ ਕਰਕੇ ਉਹਦਾ ਨਾਮ ਮਹਾਰਾਜ ਅਚਰਜ ਹੈ, ਵਾਹਿਗੁਰੂ ਕੀ ਵਾਹ ਨਾਲ ਅਚਰਜ ਦਾ ਹੁੰਦਾ। ਉਹਦੇ ਸੰਬੰਧ ਵਿੱਚ ਕਹਿੰਦਾ ਕਹਿੰਦਾ ਮਨੁੱਖ ਅਚਰਜ ਹੋ ਜਾਂਦਾ, ਹੱਕਾ ਬੱਕਾ ਹੋ ਜਾਂਦਾ, ਵੀ ਧੰਨ ਧੰਨ ਜਾਂ ਵਾਹ ਵਾਹ ਕਹਿਣ ਲੱਗ ਪੈਂਦਾ ਹੈ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਹੋ ਭਾਈ, ਉਹ ਜਿਹੜਾ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ, ਉਹ ਮਾਤਾ ਤੋਂ ਰਹੇ ਤਾਂ ਮਾਤਾ ਰਾਹੀਂ ਉਹ ਪੈਦਾ ਹੋਇਆ ਨਹੀਂ ਹੈ। ਅਰੋਗ ਹਰੀ ਫਿਰ ਮਨੁੱਖ ਨੂੰ ਸੌ ਸੌ ਰੋਗ ਲੱਗੇ ਤੇ ਉਹ ਰੋਗਾਂ ਚੋਂ ਰਹੇ ਤੈ ਹਰੀ, ਉਹਨੂੰ ਨਾ ਹੋਮੈ ਦਾ ਰੋਗ ਹੈ, ਨਾ ਚਿੰਤਾ ਦਾ ਰੋਗ ਹੈ, ਨਾ ਕੋਈ ਅਵਕਾਰ ਤਾਪ ਦਾ ਹੈ, ਨਾ ਹਾਰਟ ਅਟੈਕ ਦਾ ਕੋਈ ਖਤਰਾ ਹੈ, ਨਾ ਖੂਨ ਬਲੱਡ ਦਾ, ਨਾ ਕੋਈ ਸ਼ੂਗਰ ਦਾ। ਸਾਰਿਆਂ ਰੋਗਾਂ ਤੋਂ ਰਹਿਤ ਹੈ, ਰੋਗਾਂ ਤੋਂ ਰਹਿਤ ਕਰਨ ਵਾਲਾ ਮਨੁੱਖ ਨੂੰ ਵੀ ਪਰਮੇਸ਼ਰ ਹੀ ਹੈ। ਅਸ਼ੋਕ ਹਰੀ ਤੇ ਸ਼ੋਕਾਂ ਗਮਾਂ ਤੋਂ ਰਹਿਤ ਵੀ ਪਰਮੇਸ਼ਰ ਹੀ ਹੈ। ਇਹ ਮਨੁੱਖ ਨੂੰ ਸ਼ੋਕਾਂ ਗਮਾਂ ਤੋਂ ਰਹਿਤ ਕਰਨ ਵਾਲਾ ਵੀ ਜੇ ਕੋਈ ਹੈ ਤਾਂ ਪਰਮੇਸ਼ਰ ਹੈ। ਬਾਕੀ ਤਾਂ ਸਭ ਦੁਨੀਆਂ ਦੇ ਲੋਕ ਕੋਈ ਨਾ ਕੋਈ ਕਹਿ ਸੁਣ ਕੇ ਗਮਾਂ ਸ਼ੋਕਾਂ ਵਿੱਚ ਇਹਨੂੰ ਪਾਉਣ ਵਾਲੇ ਹੈ, ਐ ਹੋਣ ਵਾਲਾ ਤੇਰੇ ਨਾਲ। ਇਸ ਕਰਕੇ ਉਹ ਸ਼ੋਕਾਂ ਗਮਾਂ ਤੋਂ ਰਹਿਤ ਕਰਨ ਵਾਲਾ ਵੀ ਹਰੀ ਹੈ ਤੇ ਆਪ ਵੀ ਇਹ ਸ਼ੋਕਾਂ ਗਮਾਂ ਤੋਂ ਰਹਿਤ ਹੈ ਪਰਮੇਸ਼ਰ। ਭਰਮ ਹਰੀ ਜਿਹੜੇ ਪੰਜ ਤਰ੍ਹਾਂ ਦੇ ਭਰਮ ਭੁੱਲੇ ਕੇ ਉਹਨਾਂ ਤੋਂ ਵੀ ਰਹਿਤ ਆਪ ਹੈ ਪਰਮੇਸ਼ਰ, ਤੇ ਜਿਹੜਾ ਉਹਦੀ ਚਰਨ ਸ਼ਰਨ ਆਪ ਪੈਂਦਾ ਉਹਨਾਂ ਨੂੰ ਵੀ ਇਹ ਭਰਮਾ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਹੀ ਹਰੀ ਹੀ ਹੈ। ਕਰਮ ਹਰੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਕਰਮਾਂ ਦੇ ਫਲ ਹੈ ਇਹਨਾਂ ਤੋਂ ਭੋਗਣ ਤੋਂ ਵੀ ਰਹਿਤ ਹਰੀ ਪਰਮੇਸ਼ਰ ਹੀ ਹੈ। ਬਾਕੀ ਆਪੋ ਆਪਣੇ ਜਿੰਨੇ ਜ਼ਿੰਦਗੀ ਵਿੱਚ ਕੀਤੇ ਹੋਏ ਕਰਮ ਹੈ ਉਹਨਾਂ ਦਾ ਫਲ ਹੈ ਸਰੀਰ ਵਿੱਚ ਵੀ ਤੇ ਹੋਰ ਸਰੀਰਾਂ ਵਿੱਚ ਵੀ, ਹੋਰ ਜੂਨਾਂ ਵਿੱਚ ਵੀ ਜਾ ਕੇ ਪਰਮ ਭੋਗਦੇ ਨੇ, ਕਿਉਂਕਿ ਉਹ ਤੰਤਰਾਂ ਦੇ ਕਿਰਿਆ ਕਰਨ ਤੋਂ ਕਰਮ ਬਣ ਜਾਂਦੇ ਨੇ। ਜਦੋਂ ਕਿਰਿਆ ਕਰਮ ਕਰਦਾ ਹੈ, ਕਿਰਿਆ ਕੋਈ ਕਰਦਾ ਹੈ, ਉਹ ਜਦੋਂ ਪੂਰੀ ਹੋ ਜਾਂਦੀ ਉਹ ਕਰਮ ਹੋ ਜਾਂਦਾ, ਫਿਰ ਦੂਜੀ ਕਿਰਿਆ ਕਰਦਾ, ਫਿਰ ਦੂਜਾ ਕਰਮ ਹੋ ਜਾਂਦਾ, ਫਿਰ ਤੀਜੀ ਕਿਰਿਆ ਕਰਦਾ ਤੇ ਤੀਜਾ ਕਰਮ ਬਣ ਜਾਂਦਾ। ਉਹ ਜਦੋਂ ਇਕੱਠੇ ਹੋ ਜਾਂਦੇ ਫਿਰ ਉਹਨਾਂ ਦਾ ਨਾਂ ਸੰਚਿਤ ਕਰਮ ਪੈ ਜਾਂਦਾ। ਫਿਰ ਉਹਨਾਂ ਵਿੱਚੋਂ ਜਿਹੜਾ ਕੋਈ ਮਨੁੱਖ ਨੂੰ ਉਹਨਾਂ ਕਰਮਾਂ ਦਾ ਫਲ ਮਿਲਣਾ ਹੁੰਦਾ ਉਹਨੂੰ ਪ੍ਰਾਲਭ ਕਰਮ ਨਾਂ ਦੇ ਦਿੱਤਾ ਜਾਂਦਾ। ਇਸ ਤਰ੍ਹਾਂ ਜਿਹੜੇ ਕੋਈ ਉਹ ਕਿਰੇਮਾਨ ਕਰਮ ਹੈ ਜਾਂ ਸੰਚਿਤ ਕਰਮ ਹੈ ਜਾਂ ਪ੍ਰਾਰਭ ਕਰਮ ਇਹਨਾਂ ਤੋਂ ਰਹਿਤ ਹੈ, ਇਹਨਾਂ ਤੋਂ ਰਹਿਤ ਕਰਨ ਵਾਲਾ ਵੀ ਪਰਮੇਸ਼ਰ ਹੀ ਹੈ। ਅਜੈ ਹਰੀ ਫਿਰ ਅਜੈ ਕੀ ਅਜਿੱਤ ਰੂਪ ਹਰੀ ਹੈ, ਉਹ ਕਿਸੇ ਤੋਂ ਜਿੱਤਿਆ ਨਹੀਂ ਜਾਂਦਾ ਹੈ ਪਰਮੇਸ਼ਰ। ਅਪੈ ਹਰੀ ਸਾਰੇ ਭੈ ਡਰਾਂ ਤੋਂ ਵੀ ਉਹ ਰਹਿਤ ਹਰੀ ਹੈ, ਇਹ ਜੀਵ ਨੂੰ ਭਿਆ ਤੋਂ ਰਹਿਤ ਕਰਨ ਵਾਲਾ ਵੀ ਕੋਈ ਇੱਕ ਪਰਮੇਸ਼ਰ ਹੀ ਹੈ। ਭੇਦ ਹਰੀ ਮੇਰਾ ਸਾਰੇ ਭੇਦਾਂ ਭਰਮਾਂ ਤੋਂ ਵੀ ਰਹਿਤ ਹੈ। ਅਛੇਦ ਹਰੀ ਕੱਟਣੇ ਵੱਢਣੇ ਤੋਂ ਵੀ ਰਹਿਤ ਪਰਮੇਸ਼ਰ ਹਰੀ ਹੀ। ਅਖੰਡ ਹਰੀ ਉਹ ਜਿਹੜਾ ਹਰੀ ਆ ਟੁੱਟੇ ਟੁੱਟੇ ਨਹੀਂ ਹੁੰਦਾ ਹੈ। ਅਡੰਡ ਹਰੀ ਇਸ ਤਰ੍ਹਾਂ ਨੂੰ ਕੋਈ ਅਖੰਡ ਹਰੀ ਅਪੰਡ ਨਹੀਂ ਵੇਚੇਗਾ, ਭੰਡ ਹਰੀ ਛੱਡ ਗਏ ਫਿਰ ਤੂੰ। ਇਸ ਤਰ੍ਹਾਂ ਕੋ ਭੰਡਣ ਤੋਂ ਰਹਿਤ ਹੈ ਪਰਮੇਸ਼ੁਰ ਦੀ, ਕੋਈ ਬਦਨਾਮੀ ਨਹੀਂ ਕਰ ਸਕਦਾ, ਉਹਨੂੰ ਕੋਈ ਭੰਡ ਨਹੀਂ ਸਕਦਾ ਵੀ ਪਰਮੇਸ਼ੁਰ ਤੂੰ ਇਹੋ ਜਿਹਾ। ਆ ਭਾਵੇਂ ਆ ਜਿਹੜੇ ਇਹੋ ਜਿਹੇ ਲੋਕ ਜਿਹਨਾਂ ਦੀ ਜਵਾਨ ਗੰਦੀ, ਉਹ ਬਥੇਰਾ ਭੰਡਦੇ ਹੈ ਰੱਬ ਨੂੰ, ਕਿੰਨੇ ਨੇ ਸਿਆਪੇ ਖੜੇ ਕੀਤੇ ਰੱਬ ਨੇ। ਪਰ ਉਹ ਜੇ ਕੋਈ ਕਹੀ ਜਾਏ ਮੈਂ ਹੁਣ ਵੀ ਰੱਬ ਨੂੰ ਬਦਨਾਮ ਕਰਤਾ ਸਾਰੀ ਦੁਨੀਆਂ ਵਿੱਚ, ਨਹੀਂ ਹੁੰਦਾ ਉਹ। ਲੋਕ ਕਹਿਣ ਵੀ ਹਾਂ ਵੀ ਰੱਬ ਮਾੜਾ ਹੈ, ਵੀ ਬਿਲਕੁਲ ਉਹਦੀ ਭੰਡੀ ਕਰਨੀ ਚਾਹੀਦੀ, ਬਦਨਾਮੀ ਕਰਨੀ ਚਾਹੀਦੀ ਹੈ ਪਰਮੇਸ਼ੁਰ ਦੀ, ਉਹਨੂੰ ਕੋਈ ਨਹੀਂ ਭੰਡ ਸਕਦਾ। ਇਸ ਤਰ੍ਹਾਂ ਕਹਿੰਦੇ
ਉਹ ਪੰਡਤ ਰਹਿਤ ਹਰੀ ਹੈ, ਉਹਦੀ ਕੋਈ ਬਦਨਾਮੀ ਨਹੀਂ ਕਰਕੇ ਉਹਨੂੰ ਬਦਨਾਮ ਨਹੀਂ ਕਰ ਸਕਦਾ ਹੈ। ਡੰਡ ਹਰੀ, ਫਿਰ ਬਾਕੀਆਂ ਨੂੰ ਡੰਡ ਮਿਲ ਜਾਂਦਾ ਕਰਮਾਂ ਅਨੁਸਾਰ। ਉਹ ਪਰਮੇਸ਼ਰ ਇਹਨਾਂ ਡੰਡਾਂ ਤੋਂ ਰਹਿਤ, ਉਹਨੂੰ ਕੋਈ ਸਜ਼ਾ ਨਹੀਂ ਦਿੰਦਾ ਇਹਨਾਂ ਡੰਡਾਂ ਸਜਾਵਾਂ ਤੋਂ, ਜਮਾਂ ਦੇ ਦੰਡ ਤੋਂ, ਪਿੱਤਰ ਡੰਡ ਤੋਂ, ਰਿਖੀ ਦੰਡ ਤੋਂ। ਜਿਹੜਾ ਕੋਈ ਰਿਖੀਆਂ ਮੁਨੀਆਂ ਨੇ ਉਹ ਦੰਡ ਕੀਤਾ ਹੈ, ਉਹ ਦੰਡਾਂ ਤੋਂ ਰਹਿਤ ਆ ਵੀ ਇਹਨਾਂ ਪਿੱਤਰ ਡੰਡਾਂ ਰਿਖੀ ਦੰਡਾਂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਹੀ ਹੈ। ਪ੍ਰਚੰਡ ਹਰੀ, ਤੇਜ ਪ੍ਰਤਾਪ ਵਾਲਾ ਬਹੁਤ ਤਿੱਖਾ ਤਰਾਰਾ ਵੀ ਪਰਮੇਸ਼ਰ ਹੀ ਹੈ। ਇਹਨੂੰ ਤਿੱਖਾ ਤਰਾਰਾ ਬਣਾਉਣ ਵਾਲਾ ਵੀ ਪਰਮੇਸ਼ਰ ਹੀ ਹੈ, ਤੇਜ ਪ੍ਰਤਾਪ ਵਾਲਾ ਵੀ ਪਰਮੇਸ਼ਰ ਹੀ ਹੈ। ਅਤੇਵ ਹਰੀ, ਇਸਰਾਸਾ ਕਰਕੇ ਇਹ ਨਿਸ਼ਚੇ ਕਰਕੇ ਅਤਿ ਵੱਡਾ ਵੀ, ਸਭ ਤੋਂ ਵੱਡਾ ਮਹਾਨ ਵੀ ਪਰਮੇਸ਼ਰ ਹੀ ਹੈ। ਅਪੇਵ ਹਰੀ, ਸਾਰੇ ਭੇਤਾਂ ਨੂੰ ਜਾਣਨ ਵਾਲਾ ਵੀ ਹਰੀ ਹੈ, ਵਿਸ਼ੇਸ਼ ਕਰਕੇ ਆਪ ਜਿਹੜਾ ਭੇਦ ਤੋਂ ਰਹਿਤ ਉਸਦੇ ਭੇਦ ਨੂੰ ਕੋਈ ਨਹੀਂ ਜਾਣ ਸਕਦਾ ਵੀ ਉਹ ਕਿਹਾ ਜਾ ਹੈ। ਅਜੇਵ ਹਰੀ, ਈਸ਼ਰਾ ਅਜੇਵ ਹਰੀ, ਉਹ ਜੀਵਨੇ ਤੋਂ ਰਹਿਤ ਹੈ, ਖਾਣੇ ਤੋਂ ਰਹਿਤ ਹੈ। ਜਿਵੇਂ ਅਸੀਂ ਹਮੇਸ਼ਾ ਮੂੰਹ ਜਾ ਮਾਰੀ ਜਾਂਦੇ, ਖਾਈ ਪੀ ਜਾਂਦੇ, ਪਰਮੇਸ਼ਰ ਨਹੀਂ ਹੈ। ਗੋਬਿੰਦ ਭਾਵ ਭਗਤ ਦਾ ਭੁੱਖਾ ਤਾਂ ਲਿਖਿਆ, ਉਂਝ ਨਹੀਂ ਵੀ ਮੈਨੂੰ ਭੁੱਖ ਲੱਗੀ ਹੈ ਵੀ ਹੈ ਵੀ ਮਰ ਗਿਆ, ਮੈਨੂੰ ਕੋਈ ਖਵਾਓ ਪੀਓ। ਉਹ ਛਕਣੇ ਛਕਾਉਣੇ ਤੋਂ ਰਹਿਤ ਪਰਮੇਸ਼ਰ, ਉਹ ਜੀਵਾਂ ਵਾਂਗੂ ਨਹੀਂ ਵੀ ਖਾਈ ਪੀ ਜਾਂਦਾ, ਮੂੰਹ ਨਹੀਂ ਮਾਰੀ ਜਾਂਦਾ ਹੈ। ਅਜੇਵ ਜੀਵਨ ਦਾ ਅਰਥ ਹੈ ਸ਼ਕਲ ਛਕਾਉਣ ਦਾ। ਉਹ ਛਕਣੇ ਛਕਣੋ ਛਕਾਉਣੇ ਤੋਂ ਰਹਿਤ ਹਰੀ ਪਰਮੇਸ਼ਰ ਹੈ। ਅਛੇਵ ਹਰੀ, ਫਿਰ ਅਛੇਵ ਨਾ ਛਿਵਣ ਤੋਂ ਰਹਿਤ ਹੈ, ਲੁਕਣ ਤੋਂ ਰਹਿਤ। ਉਹ ਤਾਂ ਪ੍ਰਗਟ ਪ੍ਰਤੱਖ ਹੈ ਸਾਰਿਆਂ ਦੇ ਸਮੇਂ। ਅਛੇਵ ਹਰੀ ਸਭ ਤੋਂ, ਜੇ ਕੋਈ ਅੱਛਾ ਹੈ, ਸਭ ਤੋਂ ਚੰਗਾ ਹੈ ਤਾਂ ਫਿਰ ਪਰਮੇਸ਼ਰ ਹੀ ਹੈ। ਇਸ ਤਰ੍ਹਾਂ ਸ਼ੇਵ ਨੂੰ ਨਾਸਦਾ ਹੁੰਦਾ, ਨਾਸ ਤੋਂ ਰਹਿਤ ਵੀ ਜੇ ਕੋਈ ਹੈ ਤਾਂ ਪਰਮੇਸ਼ਰ ਹਰੇ ਭਰੇ ਕਰਨ ਵਾਲਾ ਹਰੀ ਹੀ ਹੈ। ਭਜੋ ਹਰੀ, ਇਸ ਕਰਕੇ ਸਿੰਘੋ, ਜੇ ਕਿਸੇ ਨੂੰ ਭਜਣਾ ਹੈ, ਸੇਵਣਾ ਹੈ, ਜਪਣਾ ਹੈ ਤਾਂ ਹਰੀ ਨੂੰ ਹੀ ਸੇਵੋ, ਹਰੀ ਨੂੰ ਹੀ ਜਪੋ। ਥਪੋ ਹਰੀ, ਜੇ ਕਿਸੇ ਨੂੰ ਤੁਸੀਂ ਪੂਜਣਾ ਹੈ, ਯਾਨੀ ਥਪਣਾ ਪੂਜਣਾ ਹੈ, ਮੰਨਣਾ ਹੈ, ਫਿਰ ਪਰਮੇਸ਼ਰ ਨੂੰ ਹੀ ਮੰਨੋ, ਪੂਜੋ। ਤਪੋ ਹਰੀ, ਇਸੇ ਤਰ੍ਹਾਂ ਜੇ ਕੋਈ ਤਪ ਕਰਨਾ ਤਾਂ ਫਿਰ ਹਰੀ ਦਾ ਹੀ ਤਪ ਕਰੋ। ਸੇਵਾ ਰੂਪ ਗੋ ਸੇਵਾ, ਤਪਾ ਰੂਪ ਸਭ ਤਪ ਸਾਰ ਹੈ। ਇਸ ਤਰ੍ਹਾਂ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਰੂਪ ਵੀ ਜਿਹੜਾ ਤਪ ਕਰੋ, ਤਕੜੇ ਹੋ ਕੇ ਜਪੋ ਹਰੀ। ਜੇ ਜਵਾਨ ਨਾਲ ਤੁਸੀਂ ਉੱਚੀ ਰੂਪੀ ਜਪਣਾ ਹੈ, ਹਰੇ ਭਰੇ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਉਹਨੂੰ ਹੀ ਜਪੋ। ਇਹਨੂੰ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਪੋ ਜਵਾਨ ਨਾਲ। ਚਲਸ ਤੁਹੀ, ਹੁਣ ਦੂਜੇ ਪਾਸੇ ਆਉਂਦੇ ਹਨ। ਪਹਿਲਾਂ ਤਾਂ ਖਾਲਸੇ ਨੂੰ ਕਹਿੰਦੇ, ਹੁਣ ਪਰਮੇਸ਼ਰ ਦੇ ਸਾਨੂੰ ਧਰੂਨ ਤਾਰੇ ਦੀ ਸੂਈ ਬਦਲ ਜਾਂਦੀ ਹੈ ਨਾ। ਇਸ ਤਰ੍ਹਾਂ ਕਿਤੇ ਮਹਾਰਾਜ ਉਪਦੇਸ਼ ਦੇਣ ਲੱਗ ਪੈਂਦੇ ਆ, ਕਿਤੇ ਪਰਮੇਸ਼ਰ ਦੇ ਸਨਮੁਖ ਹੋ ਕੇ ਕੋਈ ਕਹਿਣ ਲੱਗ ਜਾਂਦੇ ਆ। ਹੁਣ ਕਹਿੰਦੇ ਜਲਸ ਤੋਂ ਹੀ, ਜਲ ਰੂਪ ਵੀ ਤੋਂ ਹੀ ਹੈ, ਤੇ ਜਲਾਂ ਦਾ ਸਹਾਰਾ ਵੀ ਤੋਂ ਹੀ ਹੈ, ਜਲ ਨੂੰ ਮਿਲਿਆ ਹੋਇਆ ਵੀ ਤੋਂ ਹੀ ਹੈ, ਤੇ ਜਲ ਦਾ ਜਲ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ, ਜਲ ਰੂਪ ਵੀ ਤੂੰ ਹੀ ਹੈ, ਜਲ ਵਿੱਚ ਵੀ ਤੂੰ ਹੀ ਹੈ। ਥਲਸ ਤੁਹੀ, ਆ ਜਿਹੜੇ ਮਾਰੂ ਥਲ ਹੈ ਇਹਨਾਂ ਵਿੱਚ ਵੀ ਤੂੰ ਹੀ ਆਈ ਹੈ। ਨਦਿਸ ਤੁਹੀ, ਇਹ ਪਰਮੇਸ਼ਰ ਨਦੀ ਰੂਪ ਵੀ ਤੂੰ ਹੀ ਬਣਿਆ ਹੋਇਆ ਹੈ। ਨਦਸ ਤੁਹੀ, ਵੱਡਾ ਨਦ ਹੋਵੇ ਉਹ ਦਰਿਆ ਸਮੁੰਦਰ ਹੁੰਦਾ, ਸਮੁੰਦਰ ਰੂਪ ਵੀ ਤੂੰ ਹੀ ਹੈ, ਜਾਂ ਨਦੀ ਰੂਪ ਜਾਂ ਜੀਵ ਰੂਪ ਵੀ ਤੂੰ ਹੀ ਹੈ।
ਨਰ ਸਮੁੰਦਰ ਵਾਂਗ ਬ੍ਰਹਮ ਸਰੂਪੀ ਤੂੰ ਬ੍ਰਿਸ਼ ਤੂੰ ਹੀ ਆ ਜਿੰਨੇ ਤਰ੍ਹਾਂ ਤਰ੍ਹਾਂ ਦੇ ਬਿਰਸ਼ ਹੈ ਇਹ ਵੀ ਵਾਹਿਗੁਰੂ ਤੂੰ ਹੀ ਪਤਸ ਤੂੰ ਹੀ ਇਹਨਾਂ ਬਿਰਸ਼ਾਂ ਦਾ ਜਿਹੜਾ ਪੱਤਾ ਪੱਤਾ ਹੋਵੇ ਤੂੰ ਹੀ ਬਣਿਆ ਹੋਇਆ ਛੇਤਸ ਤੂੰ ਹੀ ਆ ਜਿੰਨੀ ਧਰਤੀ ਹੈ ਇਹ ਵੀ ਤੂੰ ਹੀ ਹੈ ਬਣਿਆ ਹੋਇਆ ਉਦਰਸ ਉਰਦਸ ਤੂੰ ਹੀ ਦਸ ਤੂੰ ਹੀ ਇਸੇ ਤਰ੍ਹਾਂ ਜਿਹੜਾ ਉੱਪਰ ਆਕਾਸ਼ ਹੈ ਉਹ ਵੀ ਤੂੰ ਹੀ ਬਣਿਆ ਹੋਇਆ ਉਸ ਨੂੰ ਆਕਾਸ਼ ਨੂੰ ਅਵਕਾਸ਼ ਦੇਣ ਵਾਲਾ ਵੀ ਤੂੰ ਹੀ ਹੈ ਭੱਜ ਸੋ ਤੋਯੰ ਇਸ ਕਰਕੇ ਮੈਂ ਤਾਂ ਪਰਮੇਸ਼ਰ ਤੈਨੂੰ ਹੀ ਭਜਦਾ ਹਾਂ ਤੈਨੂੰ ਹੀ ਸੇਵਦਾ ਹਾਂ ਭੱਜ ਸੋ ਤੋਯੰ ਤੈਨੂੰ ਹੀ ਪਰਮੇਸ਼ਰ ਭਜਦਾ ਹਾਂ ਜਪਦਾ ਹਾਂ ਸੇਵਦਾ ਹਾਂ ਤੇ ਇਸੇ ਤਰ੍ਹਾਂ ਭੁਜ ਸਤੋਯੰ ਤੈਨੂੰ ਹੀ ਭੋਗਦਾ ਹਾਂ ਤੈਨੂੰ ਹੀ ਇਸ ਤਰ੍ਹਾਂ ਭੋਗਦਾ ਕਿ ਤੇਰਾ ਹੀ ਆਨੰਦ ਲੈਂਦਾ ਹਾਂ ਤੇਰਾ ਦਿੱਤਾ ਹੀ ਹੈ ਮੈਂ ਭੋਗਦਾ ਛਕਦਾ ਛਕਾਉਂਦਾ ਹਾਂ ਤੇ ਤੈਨੂੰ ਹੀ ਮੈਂ ਭਜਦਾ ਤੈਨੂੰ ਹੀ ਚੇਤੇ ਕਰਦਾ ਹਾਂ ਰਟਸ ਤੋਯੰ ਤੋਯੰ ਇਸ ਤਰ੍ਹਾਂ ਤਿੰਨੇ ਹੀ ਮਾਰਾ ਉਚਾਰਨ ਕਰਦਾ ਠਟਸ ਤੋਯੰ ਤੈਨੂੰ ਹੀ ਮਾਰਾ ਮੈਂ ਠਟਸ ਕੀਏ ਪੂਜਦਾ ਮੰਨਦਾ ਹਾਂ ਜਿਮੀ ਤੂੰ ਹੀ ਮੇਰੇ ਪਰਮੇਸ਼ਰ ਤੂੰ ਹੀ ਹੋ ਕਹਿੰਦੇ ਜਿਮੀ ਰੂਪ ਹੈ ਧਰਤੀ ਰੂਪ ਹੈ ਜਮਾ ਤੂੰ ਹੀ ਤੂੰ ਹੀ ਮਾਰਾ ਜਮਾ ਕੀਏ ਆਕਾਸ਼ ਰੂਪ ਹੈ ਮੱਕੀ ਤੂੰ ਹੀ ਮਕਾਨਾ ਵਾਲਾ ਵੀ ਤੂੰ ਹੀ ਹੈ ਮਕਾ ਤੂੰ ਹੀ ਮਕਾਨ ਰੂਪ ਵੀ ਤੂੰ ਹੀ ਹੈ ਮਕਾਨ ਰੂਪ ਜਿਹੜਾ ਉਹ ਵੀ ਤੂੰ ਹੀ ਬਣਿਆ ਹੋਇਆ ਤੇ ਇਹਨਾਂ ਮਕਾਨਾਂ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ ਇਹਨਾਂ ਮਕਾਨਾਂ ਵਿੱਚ ਇਸ ਤਰ੍ਹਾਂ ਜੀਵ ਰੂਪ ਹੋ ਕੇ ਰਹਿਣ ਵਾਲਾ ਵੀ ਤੂੰ ਹੀ ਹੈ ਅਭੂਤ ਹੀ ਇਸ ਤਰ੍ਹਾਂ ਜਿਹੜੇ ਆ ਪੰਜ ਤੱਤਾਂ ਤੋਂ ਬਣੇ ਹੋਏ ਸਰੀਰ ਇਹਨਾਂ ਪੰਜ ਤੱਤਾਂ ਦੇ ਸਰੀਰ ਤੋਂ ਰਹਿਤ ਵੀ ਤੂੰ ਹੀ ਹੈ ਅਭੈ ਤੂੰ ਹੀ ਸਾਰੇ ਭਿਆ ਡਰਾਂ ਤੋਂ ਰਹਿਤ ਵੀ ਤੂੰ ਹੀ ਇਹਨਾਂ ਡਰਾਂ ਤੋਂ ਰਹਿਤ ਕਰਨ ਵਾਲਾ ਵੀ ਵਿਸ਼ੇਸ਼ ਕਰ ਕੋਈ ਤੂੰ ਹੀ ਹੈ ਅਛੂਤ ਹੀ ਹਾਂ ਇਸ ਤਰ੍ਹਾਂ ਛੂਣ ਤੋਂ ਰਹਿਤ ਵੀ ਤੂੰ ਹੀ ਹੈ ਜਿਵੇਂ ਆ ਬੱਚੇ ਛੋਟੇ ਛੋਟੇ ਜੇ ਦੌੜ ਲਾ ਕੇ ਕਿਸੇ ਨੂੰ ਛੂਹ ਲੈਂਦੇ ਆ ਕਿ ਲੈ ਵੀ ਤੈਨੂੰ ਛੂਹ ਲਿਆ ਤੇਰੇ ਸਿਰ ਤੇ ਬਾਜੀ ਹੋ ਗਈ ਇਸ ਤਰ੍ਹਾਂ ਵੀ ਉਹਨੂੰ ਕੋਈ ਛੂਹ ਨਹੀਂ ਸਕਦਾ ਹੈ ਦੌੜ ਭੱਜ ਲਾ ਕੇ ਇਸ ਤਰ੍ਹਾਂ ਤੋਂ ਛੂਹਣ ਤੋਂ ਰਹਿਤ ਹੈ ਇਸ ਤਰ੍ਹਾਂ ਜਿਹੜੀ ਛੂਹ ਹੈ ਛੂਹ ਆ ਛੂਤ ਸ਼ਾਦ ਜੀ ਹੈ ਆ ਪਿੱਟ ਪੁੱਟ ਜੀ ਇਹ ਤੋਂ ਵੀ ਰਹਿਤ ਪਰਮੇਸ਼ਰ ਤੋਂ ਹੀ ਆਈ ਹੈ ਬਾਕੀ ਤਾਂ ਕਹਿੰਦੇ ਮਤ ਪਿੱਟਾ ਰੇ ਮਤ ਪਿੱਟਾ ਅੰਨਾ ਸਾਡਾ ਫਿੱਟਾ ਤਨ ਫਿੱਟਾ ਫੇੜ ਕਰੇ ਮਨ ਜੂਠਾ ਚੁਲੀ ਪਰੇ ਇਹੋ ਜਿਹੀਆਂ ਗੱਲਾਂ ਕਰਦੇ ਤੇ ਸਾਨੂੰ ਪਿੱਟ ਦਿੱਤਾ ਸਾਡੇ ਤੇ ਚੌਂਕੇ ਤੇ ਚੜ ਕੇ ਚੌਂਕਾ ਪਿੱਟ ਦਿੱਤਾ ਹੈ ਪਰਮੇਸ਼ਰ ਤੂੰ ਛੂਹ ਤੋਂ ਰਹਿਤਾ ਪਿੱਟ ਪੁੱਟ ਤੋਂ ਰਹਿਤਾ ਅੱਛਾ ਤੂੰ ਹੀ ਇਸੇ ਤਰ੍ਹਾਂ ਤੂੰ ਮਹਾਰਾਜ ਹੈ ਨਾਸ ਤੋਂ ਰਹਿਤ ਸਭ ਤੋਂ ਅੱਛਾ ਵੀ ਤੂੰ ਚੰਗਾ ਵੀ ਤੂੰ ਹੀ ਜਤਸ ਤੂੰ ਹੀ ਹੇ ਪਰਮੇਸ਼ਰ ਆ ਜਿਹੜਾ ਜਰ ਸਤ ਹੈ ਵੀ ਤੂੰ ਹੀ ਹੈ ਤੇ ਤੂੰ ਹੀ ਹੈ ਜਸ ਕਰਨ ਵਾਲਾ ਤੇ ਤੋਂ ਬਗੈਰ ਕੋਈ ਜਰ ਸਤ ਵਿਚ ਕੋਈ ਕਾਇਮ ਨਹੀਂ ਰਹਿ ਸਕਦਾ ਹੈ ਤ੍ਰਤਸ ਤੂੰ ਹੀ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਰਤ ਵਰਤਦੇ ਹੈ ਇਹ ਵੀ ਤੂੰ ਹੀ ਹੈ ਮਹਾਰਾਜ ਕਹਿੰਦੇ ਜੀ ਇਕਾਦਸ਼ੀ ਦਾ ਵਰਤ ਹੈ ਜੀ ਇਹ ਜੀ ਚੌਦਵੇਂ ਦਾ ਇਹ ਨਰਸਿੰਘ ਚੌਦਵੇਂ ਦਾ ਇਹ ਅਸ਼ਟਮ ਤੀਰਥ ਗੋਬਿੰਦ ਸਾਹਿਬ ਜਨਮਾ ਸੀ ਇਹ ਵਰਤ ਰੱਖਣਾ ਜੀ ਇਸ ਤਰ੍ਹਾਂ ਇਹ ਪੁੰਨਿਆ ਦਾ ਵਰਤ ਹੈ ਇਹ ਪਰਮੇਸ਼ਰ ਸਾਡੇ ਲਈ ਤਾਂ ਤੂੰ ਹੀ ਸਭ ਕੁਛ ਵਰਤ ਵਰਤਦਾ ਹੈ ਅਸੀਂ ਤਾਂ ਇੱਥੋਂ ਬਗੈਰ ਕੁਝ ਨਹੀਂ ਕਰਦੇ ਕਰਾਉਂਦੇ ਤੂੰ ਹੀ ਸਾਡੇ ਲਈ ਸਭ ਤਰ੍ਹਾਂ ਦੇ ਵਰਤ ਹੈ ਹੇਸ਼ਾ ਤਿਆਗ ਰੂਪ ਵੀ ਤੂੰ ਹੀ ਹੈ ਨਿਜਮ ਰੂਪ ਵੀ ਤੂੰ ਹੀ ਹੈ ਗਤਸ ਤੂੰ ਹੀ ਸਾਰਿਆਂ ਵਿੱਚ ਵਰਤਣ ਵਾਲਾ ਵੀ ਤੂੰ ਹੀ ਹੈ ਇਸੇ ਤਰ੍ਹਾਂ ਗਤਸ ਰੂਪ ਚੱਲਣ ਵਾਲਾ ਜਲ ਰੂਪ ਹੋ ਕੇ ਤੁਹਾ ਤੂੰ ਹੀ ਹੈ ਗਤਸ ਮੁਕਤੀ ਦੇਣ ਵਾਲਾ ਵੀ ਤੂੰ ਹੀ ਮੁਕਤ ਰੂਪ ਵੀ ਤੂੰ ਹੀ ਮਤਸ ਤੂੰ ਹੀ ਇਸੇ ਤਰ੍ਹਾਂ ਮਛਰੂ ਵੀ ਤੂੰ ਹੀ ਹੈ ਤੇ ਮਤਸ ਨੂੰ
ਅਕਲ ਮਤ ਦਾ ਹੁੰਦਾ ਹੈ। ਬੁੱਧੀ ਰੂਪ ਚੰਗੀ ਅਕਲ ਮਤ ਰੂਪ ਵੀ ਪਰਮੇਸ਼ਰ ਤੋਂ ਹੀ ਹੈ। ਤੁਹੀ ਤੁਹੀ ਅੱਗੇ ਹੁਣ ਆਏ 16 ਵਾਰੀ ਤੁਹੀ ਤੁਹੀ ਲਿਖਿਆ ਹੋਇਆ ਹੈ। ਹੁਣ ਇਹ 16 ਵਾਰੀ ਜਿਹੜਾ ਤੁਹੀ ਤੁਹੀ ਲਿਖਿਆ ਹੈ, ਇਹਦੇ ਅਰਥ ਦੀ ਸਫਲਤਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਮਹਾਰਾਜ ਜਿਹੜੇ ਚਾਰੇ ਵੇਦ ਹੈ ਉਹਨਾਂ ਵਿੱਚ ਜਿਹੜਾ ਪਹਿਲਾ ਸ਼ਿਆਮ ਵੇਦ ਹੈ ਉਹਦੇ ਵਿੱਚ ਵੀ ਤੁਹੀ ਹੈ, ਕਿਉਂਕਿ ਉਹਦੇ ਵਿੱਚ ਵੀ ਤੇਰਾ ਹੀ ਜਸ ਵਰਣ ਕੀਤਾ ਹੈ। ਉਹ ਜਿਹੜਾ ਸਿਆਮ ਵੇਦ ਰਚਨ ਵਾਲਾ ਉਹ ਵੀ ਤੂੰ ਹੀ ਹੈ। ਹਾਵੇ ਤੂੰ ਹੀ ਸਿਆਮ ਵੇਦ ਰੂਪ ਹੈ, ਤੂੰ ਹੀ ਇਹਨੂੰ ਬਣਾਉਣ ਵਾਲਾ ਹੈ, ਤੂੰ ਹੀ ਸਿਆਮ ਵੇਦ ਦਾ ਸਹਾਰਾ ਹੈ। ਇਹ ਸਿਆਮ ਵੇਦ ਵਿੱਚ ਮਿਲਿਆ ਹੋਇਆ ਵਿਆਪਿਆ ਹੋਇਆ ਵੀ ਤੂੰ ਹੀ ਹੈ। ਇਸ ਤੋਂ ਅੱਗੇ ਜਿਹੜਾ ਦੂਜਾ ਤੂੰ ਹੀ ਹੈ ਵੀ ਰਿਗਵੇਦ ਵੀ ਤੂੰ ਹੀ ਬਣਿਆ ਹੋਇਆ, ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਸ ਰੇਗਵੇਦ ਦਾ ਸਹਾਰਾ ਵੀ ਤੂੰ ਹੀ, ਇਹਨੂੰ ਪੈਦਾ ਕਰਨ ਵਾਲਾ ਵੀ ਰਿਸ਼ੀ ਮੁਨੀ ਰਿਕੀ ਹੋ ਕੇ ਤੂੰ ਹੀ ਹੈ। ਦੂਜਾ ਇਹ ਹੋ ਗਿਆ। ਤੀਜਾ ਜਿਹੜਾ ਤੂੰ ਹੀ ਹੈ ਵੀ ਯਜੁਰਵੇਦ ਜਿਹੜਾ ਇਹ ਵੀ ਤੂੰ ਹੀ ਬਣਿਆ ਹੋਇਆ, ਤੇ ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਤੇ ਇਸ ਯਜੁਰਵੇਦ ਦਾ ਸਹਾਰਾ ਰੂਪੀ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ, ਇਹਦੇ ਵਿੱਚ ਐਨ ਕਣਕਣ ਵਿੱਚ ਕਿਵੇਂ ਹੋਇਆ ਵੀ ਤੂੰ ਹੀ ਹੈ। ਇਸ ਯਜੁਰਵੇਦ ਤੀਜਾ ਤੂੰ ਹੀ ਸਫਲ ਹੋ ਗਿਆ। ਔਰ ਚੌਥਾ ਜਿਹੜਾ ਅਥਰਵਣ ਵੇਦ ਵੀ ਤੂੰ ਹੀ ਹੈ, ਇਹਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ, ਇਹਦਾ ਆਸਰਾ ਰੂਪ ਵੀ ਤੂੰ ਹੀ ਹੈ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ, ਇਹਦੇ ਵਿੱਚ ਤੇਰਾ ਹੀ ਜਸ ਵਰਣਨ ਕੀਤਾ ਹੋਇਆ ਹੈ। ਇਸ ਤਰ੍ਹਾਂ ਇਹ ਚਾਰ ਤੋਂ ਹੀ ਜਿਹੜੇ ਸ਼ਿਆਮ ਵੇਦ, ਰਿਗ ਵੇਦ, ਜਜੁਰ ਵੇਦ ਤੇ ਸਰਵਣ ਵੇਦ ਵਿੱਚ ਸਫਲ ਹੋ ਗਏ। ਉਸ ਤੋਂ ਬਾਅਦ ਜਿਹੜੇ ਚਾਰ ਯੁਗ ਨੇ, ਵੀ ਸਰਯੁਗ ਦੇ ਵਿੱਚ ਵੀ ਤੂੰ ਹੀ ਹੈ, ਸਰਯੁਗ ਵੀ ਤੂੰ ਹੀ ਬਣਾਇਆ, ਸਰਯੁਗ ਦਾ ਸਹਾਰਾ ਵੀ ਤੂੰ ਹੀ, ਸਰਯੁਗ ਵਿੱਚ ਮਿਲਿਆ ਵੀ ਤੂੰ ਹੀ, ਇਸੇ ਤਰ੍ਹਾਂ ਇਹ ਪੰਜਵਾਂ ਤੋਂ ਹੀ ਸਫਲ ਹੋ ਗਿਆ। ਫਿਰ ਅੱਗੇ ਹੈ ਛੇਵੀਂ ਵਾਰ ਤੋਂ ਹੀ ਲਿਖਿਆ ਵੀ ਤ੍ਰੇਤੇ ਯੁਗ ਨੂੰ ਬਣਾਉਣ ਵਾਲਾ ਵੀ ਤੂੰ ਹੀ, ਤ੍ਰੇਤੇ ਯੁਗ ਵਿੱਚ ਮਿਲਿਆ ਵੀ ਤੂੰ ਹੀ, ਤ੍ਰੇਤੇ ਯੁਗ ਦਾ ਆਸਰਾ ਰੂਪ ਵੀ ਤੂੰ ਹੀ। ਇਸ ਤਰ੍ਹਾਂ ਅੱਗੇ ਇਹ ਛੇਵਾਂ ਜਿਹੜਾ ਇਹ ਆਪਣਾ ਤੂੰ ਹੀ ਸ਼ਬਦ ਸਫਲ ਹੋ ਗਿਆ। ਅੱਗੇ ਜਿਹੜਾ ਸੱਤਵੀਂ ਵਾਰ ਤੂੰ ਹੀ ਲਿਖਿਆ ਵੀ ਦੁਆਪਰ ਯੁਗ ਨੂੰ ਬਣਾਉਣ ਵਾਲਾ ਵੀ ਤੂੰ ਹੀ, ਦੁਆਪਰ ਯੁਗ ਦਾ ਸਹਾਰਾ ਰੂਪ ਵੀ ਤੂੰ ਹੀ, ਦੁਆਪਰ ਯੁਗ ਦੇ ਵਿੱਚ ਮਿਲਿਆ ਵੀ ਤੂੰ ਹੀ, ਇੱਕਮਿਕ ਹੋਇਆ ਵੀ ਤੂੰ ਹੀ। ਇਹ ਸੱਤਵਾਂ ਤੂੰ ਹੀ ਸਫਲ ਹੋ ਗਿਆ ਅਰਥ ਵਿੱਚ। ਇਸ ਤੋਂ ਅੱਗੇ ਜਿਹੜਾ ਅੱਠਵਾਂ ਅੱਠਵੀਂ ਵਾਰ ਲਿਖਿਆ ਤੂੰ ਹੀ ਵੀ ਕਲਯੁਗ ਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹ ਕਲਯੁਗ ਦਾ ਸਹਾਰਾ ਵੀ ਤੂੰ ਹੀ, ਕਲਯੁਗ ਦੇ ਵਿੱਚ ਮਿਲਿਆ ਵੀ ਤੂੰ ਹੀ ਹੋਈ ਹੈ। ਜਿੰਨੇ ਜੀਵ ਜੰਤ ਹੈ ਕਲਯੁਗ ਵਿੱਚ ਸਾਰਿਆਂ ਵਿੱਚ ਉਹੀ ਮਿਲਿਆ, ਇਸ ਕਰਕੇ ਇਸ ਵਿੱਚ ਉਹ ਇਹ ਪਰਮੇਸ਼ਰ ਤੂੰ ਹੀ ਮਿਲਿਆ, ਤੂੰ ਹੀ ਬਣਾਇਆ, ਤੂੰ ਹੀ ਕਲਯੁਗ ਰੂਪ ਹੋ ਰਿਹਾ ਹੈ। ਅੱਠ ਇਹ ਸਫਲ ਹੋ ਗਏ। ਇਸ ਤੋਂ ਅੱਗੇ ਹੋ ਗਿਆ ਨੌਵੀਂ ਵਾਰ ਤੂੰ ਹੀ, ਵੀ ਜਿਹੜੀਆਂ ਚਾਰ ਖਾਣੀਆਂ ਉਹਨਾਂ ਵਿੱਚ ਜਿਹੜੀ ਅੰਡੇ ਖਾਣੀ ਹੈ ਇਹਦੇ ਵਿੱਚ ਤੂੰ ਹੀ ਹੈ, ਤੂੰ ਹੀ ਇਹਨੂੰ ਬਣਾਇਆ, ਤੇਰਾ ਇਹਨੂੰ ਸਹਾਰਾ ਅੰਡੇ ਖਾਣੀ ਨੂੰ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। ਜਾਂ ਨੌਵੀਂ ਵਾਰ ਫਿਰ ਜੇਰ ਜੀ ਖਾਣੀ ਵੀ ਤੂੰ ਹੀ ਬਣਾਉਣ ਵਾਲਾ ਹੈ, ਤੇ ਤੂੰ ਹੀ ਇਹ ਜੇਰ ਖਾਣੀ ਦਾ ਸਹਾਰਾ ਹੈ, ਤੂੰ ਹੀ ਇਹ ਜੇਰ ਖਾਣੀ ਵਿੱਚ ਮਿਲਿਆ ਹੋਇਆ ਵਿਆਪਿਆ ਹੋਇਆ। ਇਹ ਦਸਵੀਂ ਵਾਰ ਜਿਹੜਾ ਇਹ ਤੂੰ ਹੀ ਕਿਹਾ ਇਹ ਸਫਲ ਹੋ ਗਿਆ। ਗਿਆਰਵੀਂ ਵਾਰ ਜਿਹੜਾ ਤੂੰ ਹੀ ਕਿਹਾ ਜਿਹੜੀ ਸਵੇਰ ਦੀ ਖਾਣੀ ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਤੇ ਇਹ ਸਵੇਰ ਦੀ ਖਾਣੀ ਦੇ ਜੀਵਾਂ ਵਿੱਚ ਮਿਲਿਆ ਵੀ ਤੂੰ ਹੀ। ਅੱਗੇ ਬਾਰਵੀਂ ਵਾਰੀ ਤੂੰ ਹੀ ਲਫ਼ਜ਼
ਉਹਦਾ ਵੀ ਉਸ ਵੇਲੇ ਖਾਣੀ ਨੂੰ ਬਣਾਉਣ ਵਾਲਾ ਵੀ ਤੂੰ ਹੀ, ਉਸ ਵੇਲੇ ਖਾਣੀ ਦਾ ਸਹਾਰਾ ਵੀ ਤੂੰ ਹੀ, ਉਸ ਵੇਲੇ ਖਾਣੀ ਵਿੱਚ ਮਿਲਿਆ ਵੀ ਤੂੰ ਹੀ। ਇਸ ਤੋਂ ਅੱਗੇ ਹੁਣ ਉਹ ਤੇਰਵੀਂ ਵਾਰ ਉਹ ਤੂੰ ਹੀ ਲਿਖਿਆ ਹੋਇਆ, ਇਹ ਜਿਹੜੀਆਂ ਮੰਦੀਆਂ ਚਾਰ ਬਿਰਤੀਆਂ, ਅੰਤਕਰਨ ਦੀਆਂ ਚਾਰ ਬਿਰਤੀਆਂ, ਜਿਹੜੀ ਇੱਕ ਸੰਕਲਪ ਕਰ ਬਿਰਤੀ ਕਰਨ ਵਾਲੀ ਹੈ ਤਰ੍ਹਾਂ ਦੀ, ਉਹ ਮਨ ਵਿੱਚ, ਮਨ ਦੀ ਬਿਰਤੀ ਵਿੱਚ ਵੀ ਤੂੰ ਹੀ ਹੈ। ਇਹ ਮਨ ਦੀ ਜਿਹੜੀ ਸੰਕਲਪ ਕਰਨ ਵਾਲੀ ਬਿਰਤੀ ਹੈ, ਫੁਰਨੇ ਕਰਨ ਵਾਲੀ ਬਿਰਤੀ, ਉਹ ਵੀ ਤੂੰ ਹੀ ਹੈ। ਇਸ ਬਿਰਤੀ ਦਾ ਸਹਾਰਾ ਵੀ ਤੂੰ ਹੀ ਹੈ, ਇਸ ਬਿਰਤੀ ਵਿੱਚ ਮਿਲਿਆ ਹੋਇਆ ਵੀ ਤੂੰ ਹੀ ਹੈ। ਫਿਰ ਅੱਗੇ ਹੈ ਬੁੱਧੀ ਅੰਤਹਿ ਕਰਨ ਦੀ ਚੌਥੀ ਬਿਰਤੀ, ਉਹ ਬੁੱਧੀ ਰੂਪ ਵੀ ਤੂੰ ਹੀ ਹੈ, ਬੁੱਧੀ ਦਾ ਸਹਾਰਾ ਵੀ ਬਿਰਤੀ ਦਾ ਤੂੰ ਹੀ ਹੈ, ਜਿਹੜੀ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਨਿਰਣੇ ਕਰਦੀ ਹੈ ਬਿਰਤੀ, ਤੇ ਉਸ ਬੁੱਧੀ ਵਿੱਚ ਮਿਲਿਆ ਹੋਇਆ ਵੀ ਤੂੰ ਹੀ ਹੈ। ਚੌਦਵੀਂ ਵਾਰ ਜਿਹੜਾ ਇਹ ਤੂੰ ਹੀ ਲਿਖਿਆ ਸਿੱਧ ਹੋ ਗਿਆ। ਅੱਗੇ ਜਿਹੜਾ ਪੰਦਰਵੀਂ ਵਾਰ ਲਿਖਿਆ ਵੀ ਚਿੱਤ ਰੂਪ ਵੀ ਤੂੰ ਹੀ ਹੈ, ਤਰ੍ਹਾਂ ਤਰ੍ਹਾਂ ਦੀਆਂ ਚਿੱਤ ਰਾਹੀਂ ਚਿਤਨੀਆਂ ਕਰਨ ਵਾਲਾ ਵੀ ਤੂੰ ਹੀ, ਚਿੱਤ ਦਾ ਆਸਰਾ ਵੀ ਤੂੰ ਹੀ, ਚਿੱਤ ਵਿੱਚ ਮਿਲਿਆ ਵੀ ਤੂੰ ਹੀ ਹੈ। ਅੱਗੇ ਹੈ ਜਿਹੜੀ ਅਹੰ ਭਾਵ ਵਾਲੀ ਬਿਰਤੀ ਹੈ, ਮੈਂ ਕਰਨ ਵਾਲੀ ਬਿਰਤੀ ਵੀ, ਮੈਂ ਇਹ ਕਰੂੰਗਾ, ਮੈਂ ਕਰਕੇ ਦਿਖਾ ਦੂੰਗਾ, ਇਹ ਅੰਤਹਿ ਕਰਨ ਦੀ ਇੱਕ ਬਿਰਤੀ ਹੈ। ਅੱਡੋ ਅੱਡੀ ਕਿਰਿਆ ਕਰਨ ਤੋਂ ਇਹਦੇ ਨਾਂ ਵੱਖਰੇ ਵੱਖਰੇ ਹੈ, ਜਿਵੇਂ ਕੋਈ ਵਿਦਿਆ ਪੜ੍ਹਦਾ ਤੇ ਉਹਦਾ ਨਾਂ ਵਿਦਿਆਰਥੀ ਹੈ, ਜੇ ਰੋਟੀ ਪਾਣੀ ਪਕਾਉਂਦਾ ਉਹਦਾ ਨਾਂ ਰਸੋਈਆ ਹੈ, ਜੇ ਕੋਈ ਉਹ ਵਿਦਿਆ ਪੜ੍ਹਾਉਂਦਾ ਹੈ ਫਿਰ ਉਹਦਾ ਨਾਂ ਮਾਸਟਰ ਹੈ, ਇਸ਼ਟਾਂ ਅਧਿਆਪਕ ਹੈ। ਇਉਂ ਕਿਰਿਆ ਕਰਨ ਤੋਂ ਨਾਂ ਇਸ਼ਟਾਂ, ਇਹ ਬਿਰਤੀ ਜਿਹੜੀ ਅੱਡੋ ਅੱਡੀ ਕਿਰਿਆ ਕਰਦੀ ਹੈ, ਜਿਸ ਕਰਕੇ ਉਹਦਾ ਵੱਖਰਾ ਵੱਖਰ ਨਾਂ ਹੈ। ਇਸ਼ਟਾਂ ਇਹ ਸੋਲਾਂ ਵਾਰੀ, ਇਹ ਅਹੰ ਭਾਵ ਕਰਨ ਵਾਲੀ ਜਿਹੜੀ ਬਿਰਤੀ ਹੈ ਉਹ ਵੀ ਤੂੰ ਹੀ ਹੈ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ, ਇਹਦਾ ਸਹਾਰਾ ਵੀ ਤੂੰ ਹੀ ਹੈ। ਇਸ ਤੋਂ ਅੱਗੇ ਦੂਸਰੇ ਰੂਪ ਦੇ ਵਿੱਚ ਅਰਥ ਇਉਂ ਵੀ ਕਰ ਲੈਂਦੇ ਹੈ, ਜਿਹੜੀਆਂ ਚਾਰੇ ਦਿਸ਼ਾ ਹਨ, ਜਿਵੇਂ ਆ ਪਹਾੜ ਦੀ ਤਰਫ ਹੈ, ਇਹਦੇ ਵਿੱਚ ਵੀ ਤੂੰ ਹੀ ਇੱਕ ਵਾਰੀ ਜਿਹੜਾ ਆ ਗਿਆ, ਦੂਜੀ ਵਾਰ ਤੂੰ ਹੀ ਹੈ ਵੀ ਪੱਛਮ ਦੀ ਤਰਫ ਵੀ ਤੂੰ ਹੀ, ਪੱਛਮ ਦੀ ਤਰਫ ਨੂੰ ਬਣਾਉਣ ਵਾਲਾ ਵੀ ਤੂੰ ਹੀ, ਪੱਛਮ ਦੀ ਤਰਫ ਵਿੱਚ ਮਿਲਿਆ ਵੀ ਤੂੰ ਹੀ। ਇਸੇ ਤਰ੍ਹਾਂ ਤੀਜੀ ਵਾਰ ਜਿਹੜਾ ਤੂੰ ਹੀ ਹੈ ਵੀ ਪੂਰਬ ਦੀ ਤਰਫ ਵੀ ਤੂੰ ਹੀ ਹੈ, ਤੇ ਪੂਰਬ ਦੀ ਤਰਫ ਨੂੰ ਬਣਾਉਣ ਵਾਲਾ ਵੀ ਤੂੰ ਹੀ, ਤੇ ਪੂਰਬ ਦੀ ਤਰਫ ਵਿੱਚ ਮਿਲਿਆ ਵੀ ਤੂੰ ਹੀ। ਚੌਥੀ ਵਾਰ ਵੀ ਜਿਹੜਾ ਦੱਖਣ ਦੀ ਦਿਸ਼ਾ ਉਹਨੂੰ ਬਣਾਉਣ ਵਾਲਾ ਵੀ ਤੂੰ ਹੀ, ਦੱਖਣ ਦੀ ਤਰਫ ਦਾ ਸਹਾਰਾ ਵੀ ਤੂੰ ਹੀ, ਦੱਖਣ ਦੀ ਦਿਸ਼ਾ ਵਿੱਚ ਮਿਲਿਆ ਵੀ ਤੂੰ ਹੀ ਹੈ। ਅੱਗੇ ਹੈ ਉਹ ਜਿਹੜਾ ਵਿਦਿਸ਼ਾ ਹੁੰਦੀਆਂ ਚਾਰ ਜਿਹੜੀਆਂ ਨੁੱਕਰਾਂ ਹੈ, ਜਿਹੜੀ ਨਾਰਤ ਕੌਣ, ਇਹਦੇ ਵਿੱਚ ਵੀ ਤੂੰ ਹੀ ਹੈ। ਤੇ ਇਸ਼ਟਾਂ ਸੇਵਾ ਜਿਹੜਾ ਵਾਇਬ ਕੌਣ ਵੀ ਤੂੰ ਹੀ ਹੈ, ਤੇ ਇਸ਼ਾਨ ਕੌਣ ਵਿੱਚ ਵੀ ਤੂੰ ਹੀ ਹੈ, ਜਿਹੜੀਆਂ ਚਾਰ ਕੋਣਾਂ ਇਹਨਾਂ ਵਿੱਚ ਵੀ ਤੂੰ ਹੀ ਹੈ, ਅੱਠ ਹੋ ਗਏ। ਅੱਗੇ ਮਹਾਵਾਣੀ ਇਸ਼ਾਨ ਆਦਿਕ ਆਦਿਕ ਲਾਲਾ, ਇੱਕ ਕੌਣ ਹੋਰ ਲਾਲਾ ਮਹਾ। ਅੱਗੇ ਅੱਗੇ ਨੌਵੀਂ ਵਾਰ ਜਿਹੜੀ ਹੈ ਕੋਈ ਹੈ, ਇਹ ਚਾਰ ਬਾਣੀਆਂ ਮੰਨੀਆਂ, ਜਿਵੇਂ ਪਰਾ ਬਾਣੀ ਵਿੱਚ ਵੀ ਤੂੰ ਹੀ ਹੈ, ਪਾਰੀ ਬਣ ਪਰਾ ਬਾਣੀ ਨੂੰ ਬਣਾਉਣ ਵਾਲਾ ਵੀ ਤੂੰ ਹੀ, ਪਰਾ ਬਾਣੀ ਦਾ ਸਹਾਰਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ। ਨੌਵੀਂ ਵਾਰ। ਦਸਵੀਂ ਵਾਰ ਜਿਹੜਾ ਕੋਈ ਪਸੰਤੀ ਬਾਣੀ ਵੀ ਤੂੰ ਹੀ ਬਣਿਆ ਹੋਇਆ, ਤੇ ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ। ਅੱਗੇ ਜਿਹੜੀ ਮੱਧਮਾ ਬਾਣੀ ਹੈ,
ਇਹ ਵੀ ਤੂੰ ਹੀ ਹੈ ਬਣਿਆ ਹੋਇਆ, ਇਹਦਾ ਸਹਾਰਾ ਵੀ ਤੂੰ ਹੀ, ਇਹਨੂੰ ਬਣਾਉਣ ਵਾਲਾ ਵੀ ਤੂੰ, ਇਹਦੇ ਵਿੱਚ ਮਿਲਿਆ ਵੀ ਤੂੰ। ਇਹ 11ਵੀਂ ਬਾਰਸ ਹੋ ਗਿਆ। ਅੱਗੇ ਬੈਖਰੀ ਬਾਣੀ ਵਿੱਚ ਵੀ ਤੂੰ ਹੀ ਹੈ, ਤੇ ਬੈਕਰੀ ਬਾਣੀ ਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। 12ਵੀਂ ਬਾਰ ਫਿਰ ਅੱਗੇ ਹੈ ਵੀ ਜਿਹੜੇ ਚਾਰ ਪਦਾਰਥ ਹੈ, ਧਰਮ ਰੂਪ ਜਿਹੜਾ ਪਦਾਰਥ, ਉਹ ਵੀ ਤੂੰ ਹੀ ਬਣਿਆ ਹੋਇਆ, ਇਸ ਤਰ੍ਹਾਂ ਨੂੰ ਬਣਾਉਣ ਵਾਲਾ ਵੀ ਤੂੰ ਹੀ ਹੈ, ਇਹਦਾ ਆਸਰਾ ਵੀ ਤੂੰ ਹੀ ਹੈ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। ਅੱਗੇ ਅਰਥ, ਅਰਥ ਰੂਪ ਜਿਹੜਾ ਪਦਾਰਥ ਹੈ, ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਇਹ 14ਵੀਂ ਬਾਰ। ਅੱਗੇ ਜਿਹੜਾ ਕੋਈ ਕਾਮ ਪਦਾਰਥ ਹੈ, ਕਾਮਨਾ ਇੱਛਾਵਾਂ ਖਾਹਿਸ਼ਾਂ ਪੂਰੀਆਂ ਹੋ ਜਾਣੀਆਂ, ਸਮਝ ਲਓ ਇਹ ਵੀ ਪਦਾਰਥ ਮਿਲ ਗਿਆ, ਮਨਵਾਂਸ਼ ਪ੍ਰਾਪਤ ਹੋ ਜਾਣਾ, ਇਹਨਾਂ ਨੂੰ, ਇਹ ਕਾਮਨਾ ਖਾਹਿਸ਼ਾਂ ਨੂੰ ਪੂਰੀਆਂ ਕਰਨ ਵਾਲਾ ਵੀ ਤੂੰ ਹੀ, ਇਹ ਖਾਹਿਸ਼ਾਂ ਇੱਛਾਂ ਦੀ ਪੂਰਤ ਰੂਪ ਵੀ ਤੂੰ ਹੀ। 15ਵੀਂ ਬਾਰ ਤੇ ਅੱਗੇ ਹੈ ਉਹ ਮੋਗ ਮੁਕਤੀ ਰੂਪ, ਜਿਹੜੀ ਮੁਕਤੀ ਰੂਪ ਵੀ ਤੂੰ ਹੀ, ਇਹ ਮੁਕਤੀ ਦਾ ਸਹਾਰਾ ਵੀ ਤੂੰ ਹੀ, ਮੁਕਤੀ ਵਿੱਚ ਮਿਲਿਆ ਵੀ ਤੂੰ ਹੀ। ਇਸ ਤਰ੍ਹਾਂ ਇਹ 16 ਵਾਰ ਆ ਗਿਆ, ਇਹ ਸਫਲ ਹੋ ਗਿਆ ਤੂੰ ਹੀ ਤੂੰ ਹੀ। ਇਸ ਤਰ੍ਹਾਂ ਤੀਜਾ ਅਰਥ ਹੋਰ ਵਿਕਾ ਲੈਂਦੇ ਵੀ ਚਾਰ ਵਰਨ ਜਿਹੜੇ, ਬ੍ਰਾਹਮਣਾਂ ਵਿੱਚ ਵੀ ਤੂੰ ਹੀ, ਖੱਤਰੀਆਂ ਵਿੱਚ ਵੀ ਤੂੰ ਹੀ, ਵੈਸਾਂ ਵਿੱਚ ਵੀ ਤੂੰ ਹੀ, ਸੂਦਰਾਂ ਵਿੱਚ ਵੀ ਤੂੰ ਹੀ। ਜਿਹੜੇ ਮੁਸਲਮਾਨਾਂ ਦੇ ਚਾਰ ਮਜ਼ਹਬ ਹੈ ਵੀ, ਜਿਹੜੇ ਸੂਈਆਂ ਸ਼ੀਆ ਦਾ ਮਜ਼ਹਬ ਉਹਨਾਂ ਵਿੱਚ ਵੀ ਤੂੰ ਹੀ, ਜਿਹੜਾ ਸੁਨੀਆਂ ਦਾ ਮਜ਼ਹਬ ਉਹਨਾਂ ਵਿੱਚ ਵੀ ਤੂੰ ਹੀ, ਰਾਫਜੀਆਂ ਦਾ ਵੀ ਜਿਹੜਾ ਮਜ਼ਹਬ ਉਹਨਾਂ ਵਿੱਚ ਵੀ ਤੂੰ ਹੀ, ਇਮਾਮ ਸਾਫੀਆਂ ਦਾ ਜਿਹੜਾ ਮਜ਼ਹਬ ਹੈ ਉਹਨਾਂ ਵਿੱਚ ਤੂੰ ਹੀ। ਚਾਰ ਵਰਨ ਹੋ ਗਏ ਇਹ 8 ਵਰ ਹੋ ਗਏ, ਚਾਰ ਮਜ਼ਹਬ ਹੋ ਗਏ ਇਹ 8 ਹੋ ਗਏ। ਇਸ ਤਰ੍ਹਾਂ ਅੱਗੇ ਜਿਹੜੇ ਚਾਰ ਬ੍ਰਹਮਾ ਦੇ ਪੁੱਤਰ ਨੇ, ਉਹ ਸਨਕ ਹੈ, ਸਨੰਦਨ ਹੈ, ਸਨਾਤਨ ਹੈ, ਸੰਤ ਕੁਮਾਰ ਹੈ। ਇਹ ਸਨਕ ਵੇ ਉਹਦੇ ਵਿੱਚ ਵੀ ਤੂੰ ਹੀ, ਸਨੰਦਰ ਵਿੱਚ ਵੀ ਤੂੰ ਹੀ, ਸਨਾਤਨ ਵਿੱਚ ਵੀ ਤੂੰ ਹੀ, ਸੰਤ ਕੁਮਾਰ ਵਿੱਚ ਵੀ ਤੂੰ, ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ, ਇਹਨਾਂ ਨੂੰ ਸਹਾਰਾ ਦੇਣ ਵਾਲਾ ਵੀ ਤੂੰ, ਇਹਨਾਂ ਵਿੱਚ ਮਿਲਿਆ ਹੋਇਆ ਵੀ ਤੂੰ ਹੀ। ਚਾਰੇ 12 ਵੇਰੀ ਹੋ ਗਿਆ। ਅੱਗੇ ਜਿਹੜੇ ਮੁਸਲਮਾਨਾਂ ਦੇ, ਉਹ ਮੁਹੰਮਦ ਸਾਹਿਬ ਦੇ ਚਾਰ ਯਾਰ ਮੰਨੇ, ਚਾਰ ਮਿੱਤਰ ਮੰਨੇ ਗਏ, ਜਿਹਨਾਂ ਨੂੰ ਚਾਰ ਖਲੀਫੇ ਕਹਿੰਦੇ ਨੇ। ਕਹਿੰਦੇ ਇੱਕ ਅਬੂ ਬਕਰ, ਉਹਦਾ ਖਾਸ ਦੋਸਤ ਮੁਹੰਮਦ ਸਾਹਿਬ ਦਾ, ਜਿਹੜਾ ਉਹਦਾ ਅੱਗੇ ਪ੍ਰਚਾਰ ਕਰਨ ਵਾਲੇ ਚਾਰ ਹੋਏ, ਉਹਨਾਂ ਨੂੰ ਇਹ ਚਾਰ ਮਿੱਤਰ ਮੁਹੰਮਦ ਸਾਹਿਬ ਦੇ ਜਾਂ ਚਾਰ ਖਲੀਫੇ ਮੰਨਦੇ ਮੁਸਲਮਾਨ। ਇੱਕ ਅਬੂ ਬਕਰ ਹੈ ਵੀ ਉਹਦੇ ਵਿੱਚ ਵੀ ਤੂੰ ਹੀ, ਉਹਨੂੰ ਬਣਾਉਣ ਵਾਲਾ ਵੀ ਤੂੰ ਹੀ। ਦੂਜਾ ਜਿਹੜਾ ਉਮਰਾ ਨਾਮ ਦਾ ਖਲੀਫਾ ਹੈ ਜਾਂ ਯਾਰ ਹੈ ਮੁਹੰਮਦ ਸਾਹਿਬ ਦਾ, ਉਹੀ ਉਹਨੂੰ ਵੀ ਤੂੰ ਬਣਾਉਣ ਵਾਲਾ, ਉਹਦਾ ਸਹਾਰਾ ਵੀ ਤੂੰ, ਉਹਦੇ ਵਿੱਚ ਮਿਲਿਆ ਵੀ ਤੂੰ ਹੀ। ਤੀਜਾ ਉਸਮਾਨ ਮਿੱਤਰ, ਉਹਨੂੰ ਬਣਾਉਣ ਵਾਲਾ ਵੀ ਤੂੰ ਹੀ, ਉਹਦਾ ਸਹਾਰਾ ਵੀ ਤੂੰ ਹੀ, ਉਹਦੇ ਵਿੱਚ ਮਿਲਿਆ ਵੀ ਤੂੰ ਹੀ। ਇਸ ਤਰ੍ਹਾਂ ਇਹ 15ਵਾਂ ਤੂੰ ਹੀ ਸਫਲ ਹੋ ਗਿਆ। ਅੱਗੇ ਹੈ ਅਲੀ ਨਾਮ ਦਾ ਖਲੀਫਾ, ਅਲੀ ਨਾਮ ਦਾ ਮਿੱਤਰ ਮੁਹੰਮਦ ਦਾ, ਇਹਨੂੰ ਬਣਾਉਣ ਵਾਲਾ ਵੀ ਤੂੰ ਹੀ, ਇਹਦਾ ਸਹਾਰਾ ਵੀ ਤੂੰ ਹੀ, ਇਹਦੇ ਵਿੱਚ ਮਿਲਿਆ ਵੀ ਤੂੰ ਹੀ ਹੈ। ਇਉਂ ਇਹ ਤਿੰਨ ਅਰਥਾਂ ਵਿੱਚ 16 ਵਾਰ ਜਿਹੜਾ ਤੂੰ ਹੀ ਆਇਆ, ਉਹ ਸਫਲ ਕਰ ਲੈਂਦੇ। ਤੇ ਟੀਕੇ ਦੇ ਵਿੱਚ ਜਿਹੜਾ ਅਰਥ ਇਸ ਤਰ੍ਹਾਂ ਕੀਤਾ ਹੈ ਵੀ ਇਹ ਪਰਮੇਸ਼ਰ ਸਤਿਗੁਰ ਵਿੱਚ ਵੀ ਤੂੰ ਹੀ ਹੈ, ਦੋ ਵਾਰੀ ਆ ਗਿਆ ਤੂੰ ਹੀ ਵੀ, ਸਤਿਗੁਰ ਵਿੱਚ ਵੀ ਤੂੰ ਹੀ ਹੈ, ਤ੍ਰਿਤੇ ਯੁਗ ਵਿੱਚ ਵੀ ਤੂੰ ਹੀ ਹੈ, ਦੁਆਪਰ ਯੁੱਗ ਵਿੱਚ ਵੀ ਤੂੰ ਹੀ ਤੂੰ ਹੈ, ਕਲਯੁੱਗ ਵਿੱਚ ਵੀ ਤੂੰ ਹੀ ਹੈ। ਇਹ 8 ਵਾਰੀ ਸਫਲ ਹੋ ਗਿਆ। ਰਹਿ ਗਿਆ ਅੱਗੇ 8,
ਵੀ ਚਾਰ ਕਾਣੀਆਂ ਵਿੱਚ ਵੀ ਤੂੰ ਹੀ ਹੈ, ਚਾਰ ਬਾਣੀਆਂ ਵਿੱਚ ਵੀ ਤੂੰ ਹੀ ਹੈ, ਚਾਰ ਮੁਕਤੀਆਂ ਵਿੱਚ ਵੀ ਤੂੰ ਹੀ ਹੈ, ਤੇ ਚਾਰੇ ਪਦਾਰਥਾਂ ਵਿੱਚ ਵੀ ਤੂੰ ਹੀ ਹੈ, ਚਾਰੇ ਕਾਲਾਂ ਵਿੱਚ ਵੀ ਤੂੰ ਹੀ ਹੈ, ਚਾਰੇ ਦਿਸ਼ਾ ਵਿੱਚ ਵੀ ਤੂੰ ਹੀ ਹੈ, ਚਾਰੇ ਜਿਹੜੀਆਂ ਵਿਦੇਸ਼ਾਂ ਉਹਨਾਂ ਵਿੱਚ ਵੀ ਤੂੰ ਹੀ ਹੈ, ਤੇ ਚਾਰੇ ਚੱਕਾਂ ਵਿੱਚ ਵੀ ਤੂੰ ਹੀ ਹੈ। ਇਹ ਟੀਕੇ ਵਿੱਚ ਅਰਥ ਕੀਤਾ ਗਿਆ। ਇਸ ਤਰ੍ਹਾਂ ਜਾਣੀ ਸੰਪਰਦਾ ਵਿੱਚ ਜਿਹੜੇ ਉਹ ਅਰਥ ਹੈ ਉਹ ਜਿਹੜੇ ਪਹਿਲਾਂ ਮੁੱਖ ਰੂਪ ਦੇ ਵਿੱਚ ਕੀਤੇ ਗਏ ਹੈ, ਤੇ ਟੀਕੇ ਦਾ ਅਰਥ ਇਸ ਤਰ੍ਹਾਂ ਕੀਤਾ ਗਿਆ। ਉਹ ਆਪਾਂ ਰਲ ਮਿਲ ਕੇ ਭਾਵ ਹੈ ਵੀ ਮਹਾਰਾਜ ਵੀ ਸਭ ਕੁਝ ਤੂੰ ਤੂੰ ਕਹਿੰਦੇ ਹੋਏ ਕੀ ਫਿਰ ਉਹਦੇ ਵਿੱਚ ਲਵਲੀਨ ਹੀ ਹੋ ਗਏ, ਬਸ ਧੁਨੀ ਲਾ ਤੀ ਵੀ ਤੂੰ ਹੀ ਤੂੰ। ਮਾਈ ਮਨੀ ਸਿੰਘ ਜੀ ਵੀ ਉਹ ਜਿਹੇ ਲਿਖਾਰੀ ਸੀ, ਜਿਵੇਂ ਜਿਵੇਂ ਮਹਾਰਾਜ ਜੀ ਨੇ ਧੁਨ ਲਾਈ ਤੇ ਉਸੇ ਤਰ੍ਹਾਂ ਤੂੰ ਹੀ ਤੂੰ। ਜਦੋਂ ਫਿਰ ਮਹਾਰਾਜ ਕਹਿੰਦੇ ਵੀ ਇਹ ਕਿੰਨੀ ਕੁ ਵਾਰੀ ਲਿਖਿਆ ਗਿਆ, ਤੇ ਲਿਖਿਆ ਗਿਆ ਵੀ ਉਹ ਨਾ ਇਹਨੂੰ 16 ਬਿੰਦੀਆਂ ਲੱਗ ਗਈਆਂ। ਮਹਾਰਾਜ ਕਹਿੰਦੇ ਵੀ ਤੂੰ ਬਸ 16 ਵਾਰੀ ਬੈਠ ਰਹਿੰਦੇ, ਬਾਕੀ ਆ ਜਿਹੜਾ ਸਾਰਾ ਨਾਇਨ ਬਿੰਦੀਆਂ ਲਾ ਕੇ ਇੰਨੀ ਵਾਰੀ ਲਿਖਿਆ ਹੈ ਤੂੰ ਇਹਨੂੰ ਕੱਟ ਦੇ। ਇੱਕ ਮੁੱਖ ਰੂਪ ਦੇ ਵਿੱਚ 16 ਵਾਰੀ ਰੱਖਿਆ, ਨਹੀਂ ਤਾਂ ਇਹ ਵੇਖ ਲਓ ਇੰਨੇ ਵਾਰੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਵਾਹਿਗੁਰੂ ਨੂੰ ਤੂੰ ਹੀ ਰਾਟੀ ਲਾ ਦਿੱਤੀ, ਤੂੰ ਝੜੀ ਲਾ ਦਿੱਤੀ, ਕਹੀ ਗਏ ਸੀ ਵੀ ਪਰਮੇਸ਼ਰ ਵਸ ਤੂੰ ਹੈ। ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਮਿਰਕਾ ਮਿਟ ਗਿਆ ਜਦ ਦੇਖੋ ਤਦ ਤੂੰ। ਇਸ ਤਰ੍ਹਾਂ ਮਹਾਰਾਜ ਨੇ ਉਹ ਵਾਹਿਗੁਰੂ ਦੀ ਸਿਵਤ ਸਲਾਘ ਕਰਦਿਆਂ ਆਪਣੇ ਪਵਿੱਤਰ ਮੁਖਾਰ ਬਿੰਦੋ ਬਾਣੀ ਰਾਹੀਂ ਲਫ਼ਜ਼ ਕਹੇ, ਉਹ ਪੰਜ ਦੇ ਦੀਵਾਨ ਵਿੱਚ ਪੜ੍ਹੇ ਸੁਣੇ ਹੈ। ਇਸ ਤੋਂ ਅੱਗੇ ਜਿਹੜਾ ਕੋਈ ਹੈ ਜਿਹੜੀ ਬਾਣੀ ਹੈ ਉਹ ਪਖੰਡ ਦਾ ਖੰਡਨ ਕਰਨ ਵਾਸਤੇ ਮਹਾਰਾਜ ਨੇ ਬੜੇ ਅਜੀਬ ਢੰਗ ਨਾਲ ਹੀ ਆਪ ਜੀ ਨੇ ਕਵਿਤ ਉਚਾਰਨ ਕੀਤੇ ਹੈ, ਉਹ ਵੀ ਪੰਡ ਵਿਚਾਰ ਨੂੰ ਪੁੱਛ ਰਹੀ ਹੈ। ਕਿਉਂਕਿ ਕਈ ਆਵੇ ਸਵਾਜੀ ਮੁੜੀ ਫਿਰਦੇ ਹੈ, ਤੇ ਕਈ ਇਸ ਤਰ੍ਹਾਂ ਪਾਣੀ ਵਿੱਚ ਹੀ ਫਿਰਦੇ ਹੈ, ਕੋਈ ਸਿਵਿਆਂ ਵਿੱਚ ਬੈਠ ਜਾਂਦੇ ਹੈ, ਕੋਈ ਮਠਾਂ ਵਿੱਚ ਰਹਿੰਦੇ ਹੈ, ਕੋਈ ਇਸ ਤਰ੍ਹਾਂ ਦਰਸ਼ਾਂ ਹੇਠ ਰਹਿੰਦੇ ਹੈ, ਕੋਈ ਇਸ ਤਰ੍ਹਾਂ ਕਹਿੰਦੇ ਉਹ ਬਿੰਦ ਜੀ ਰੱਖਦੇ ਨੇ, ਇਸ ਤਰ੍ਹਾਂ ਕੋਈ ਨੰਗੇ ਫਿਰੀ ਜਾਂਦੇ ਨੇ, ਕੋਈ ਇਸ ਤਰ੍ਹਾਂ ਤ੍ਰੀਮਨ ਦੇ ਅਧੀਨ ਹੋਇਆ ਵਿਸ਼ਈ ਪਾਂਬਰ, ਉਹ ਸਾਰਿਆਂ ਦਾ ਨਾਂ ਲੈ ਕੇ ਵੀ ਉਹਨਾਂ ਨੂੰ ਫਿਰ ਆਹ ਵਡਿਆਈ ਦੇ ਦਿਓ, ਉਹਨਾਂ ਨੂੰ ਆਹ ਕਹਿ ਦਿਓ, ਖੁਸ਼ ਨਹੀਂ ਹੈ ਇਹ ਪਰਮੇਸ਼ਰ ਦਾ ਭਜਨ ਸਿਮਰਨੀ ਨਾ ਕਰਦੇ ਸ਼ਰਧਾ ਭਾਵਨਾ ਤੋਂ ਬਗੈਰ, ਫਿਰ ਉਹ ਇਹੋ ਜਿਹੀ ਹੈ ਬਸ। ਉਹ ਜਿਵੇਂ ਵੀ ਮਹਾਰਾਜ ਦੀ ਬਾਣੀ ਰਾਹੀਂ ਉਹ ਸਾਰਿਆਂ ਦੇ ਨਾਂ ਲੈ ਕੇ ਕੁਝ ਕਹਿਣਗੇ, ਉਹ ਆਪਾਂ ਕੱਲ੍ਹ ਦੀ ਵੀ ਉਹਨੂੰ ਸ਼ੁਰੂ ਕਰ ਲਾਂਗੇ। ਅਜੇ ਥੀ ਸਮਾਪਤੀ ਹੈ ਜੀ। ਤੁਹੀ 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 ਤੁਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਵਿੰਦ ਹੇ ਗੁਣ ਨਿਦਾਨ ਜਾਂਕੇ ਸਦਾ ਭਵੇਕ ਹੇ ਅਪੁਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਸਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ
नानक दी जय नाम दान रखो ही परोज आए प्रभु शरणागति कृपा निज दयाल एक अखर हर मन वसत नानक होत निहाल वाहिगुरु नाम जहाज है चढ़े सो चरे पार जो सरदा कर सेवन दे गुरु पारे उतारन हार